ਅੱਜ ਦੇ ਸਮੇਂ ਦੇ ਵਿੱਚ ਨਾਨਕ ਸ਼ਬਦ, ਨਾਨਕ ਜਿਹੜਾ ਨਾਮ ਹੈ ਨਾ, ਜਿਹੜੀ ਬਾਣੀ ਨਹੀਂ ਉਹਦੇ ਨਾਲ ਵੀ ਜੋੜ ਦਿੱਤਾ ਹੈ। ਇਹ ਹੁਣ ਤੂੰ ਸੁਚੇਤ ਹੋਣਾ, ਕਿੰਨਾ ਕੁ ਸੁਚੇਤ ਹੁੰਦਾ ਹੈ, ਪਕੜ ਰਹੇ ਹੋ ਮੈਂ ਕੀ ਕਿਹਾ? ਭਲਾ ਪੌਂਟਾ ਸਾਹਿਬ ਦਾਸ ਨੇ ਇੱਕ ਵਾਰ ਕਥਾ ਕੀਤੀ, ਪੌਂਟਾ ਸਾਹਿਬ ਸੁਣਿਆ, ਦੇਸ ਚਾਲ ਹਮ ਤੇ ਪੁੰਨ ਪਈ, ਸਹਿਰ ਪਮਟਾ ਕੀ ਸੁੱਧ ਲਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਜਿੱਥੇ ਜਾ ਕੇ ਸਾਡੇ ਘੋੜੇ ਨੇ ਪਾਮ ਟਿਕਾ ਦਿੱਤਾ, ਉਹਦਾ ਨਾਮ ਗਿਆ ਪਾਮ ਟਾ ਸਾਹਿਬ, ਪਾਮ ਟਿਕਾ ਸਾਹਿਬ, ਘੋੜੇ ਦਾ ਪਾਮ ਟਿਕਾ ਸਾਹਿਬ ਅਤੇ ਨਾਮ ਪੈ ਗਿਆ ਪੌਂਟਾ ਸਾਹਿਬ। ਉਸ ਮੁਬਾਰਕ ਧਰਤੀ 'ਤੇ ਕਥਾ ਕਰਨ ਦਾ ਸਮਾਂ ਮਿਲਿਆ। 60 ਸਾਲ ਜਿਹੜਾ ਸ੍ਰੀ ਪਟਨਾ ਸਾਹਿਬ ਕਥਾ ਕਰਕੇ ਹੈੱਡ ਗ੍ਰੰਥੀ ਰਿਟਾਇਰ ਹੋ ਕੇ ਸੁਣਿਓ, ਉਹ ਉੱਥੇ ਉਸ ਵੇਲੇ ਆਨਰੀ ਸੇਵਾ ਵੈਸੇ ਹੀ ਕਰ ਰਿਹਾ ਸੀ। ਦਾਸ ਨੇ ਇੱਕ ਕਥਾ ਕਰਦਿਆਂ ਬਚਨ ਕਹੀ ਵੀ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਹੇ ਸਿਮਰੀਏ ਜੰਮੇ ਤੇ ਮਰ ਜਾਏ। ਸਾਰੀ ਸੰਗਤ ਨੇ ਬੜਾ ਆਨੰਦ ਮਾਣਿਆ। ਧਿਆਨ ਨਾਲ ਸੁਣਿਓ, ਉਹ ਕਥਾ ਕਰਨ ਤੋਂ ਬਾਅਦ ਮੈਨੂੰ ਗੱਲ ਨਾ ਲਾ ਕੇ ਬਾਹਰ ਲੈ ਗਿਆ। ਵੇਖੋ ਸਿਆਣੇ ਬੰਦੇ ਦੀ ਇਹ ਨਿਸ਼ਾਨੀ ਹੁੰਦੀ, ਕਦੀ ਕਿਸੇ ਨੂੰ ਅੰਦਰ ਸੰਗਤਾਂ ਦੇ ਸਾਹਮਣੇ ਨਹੀਂ ਟੋਕਦਾ। ਕਹਿੰਦਾ ਪੁੱਤਰਾ, ਇੱਧਰ ਮੇਰੇ ਵੱਲ ਵੇਖੋ ਪੁੱਤਰਾ, ਤੁਹਾਨੂੰ ਕਹਿ ਇਹ ਕਿਹੜੇ ਅੰਗ ਤੋਂ ਬਾਣੀ ਉਚਾਰੀ ਹੋ? ਤੁਸੀਂ ਵੀ ਸੁਣਿਆ ਨਾ, ਇੱਕੋ ਸਿਮਰੋ ਨਾਨਕਾ ਜੋ ਜਲ ਥਰ ਰਿਹਾ ਸਮਾਏ, ਦੂਜਾ ਕਾਏ ਸਿਮਰੀਏ ਜੰਮੇ ਤੇ ਮਰ ਜਾਏ। ਬਾਣੀ ਦੱਸੋ ਜੀ ਗੁਰੂ ਕਿਸੇ। ਵੇਖੋ ਜੇ ਤਾਂ ਤੁਸੀਂ ਇਤਰਾਂ ਦੇ ਹੋ ਗਏ ਤਾਂ ਫਿਰ ਤਾਂ ਬਹੁਤ ਕੁਝ ਹੋ, ਅਜੇ ਓਨਾ ਕੁਝ ਨਹੀਂ ਹੋਇਆ ਜਿੰਨਾ ਹੋਊਗਾ ਜੇ ਤੁਸੀਂ ਇੰਨੇ ਨਿਆਣੇ ਰਹੇ ਤੇ। ਮੈਂ ਉਹਦੇ ਵੱਲ ਬੜਾ ਵਿਚਾਰਾ ਜਿਹਾ ਬਣ ਕੇ ਵੇਖਿਆ, ਕਿਉਂਕਿ ਮੈਂ ਬੜੇ ਲੋਕਾਂ ਤੋਂ ਸੁਣਿਆ ਸੀ ਇੱਕੋ ਸਿਮਰੋ ਨਾਨਕਾ, ਅਤੇ ਗੁਰੂ ਨਾਨਕ ਦੀ ਇੱਕ ਤਸਵੀਰ ਵੀ ਲੱਗੀ ਹੁੰਦੀ, ਇਸ ਤਰ੍ਹਾਂ ਉਂਗਲ ਕੀਤੀ ਹੁੰਦੀ ਮਹਾਰਾਜ ਨੇ, ਅਤੇ ਉਹਦੇ ਥੱਲੇ ਲਿਖਿਆ ਹੁੰਦਾ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੰਮੇ ਅਤੇ ਮਰ ਜਾਏ। ਨਾਨਕ ਸਰ ਵਾਲਿਆਂ ਨੇ ਗੁਟਕੇ 'ਤੇ ਵੀ ਲਿਖਤਾ ਹੈ, ਐਡ ਕਰਤਾ ਹੈ। ਤੁਸੀਂ ਸੌਂ ਗਏ, ਇੱਕ ਹੀ ਜਗ੍ਹਾ 'ਤੇ ਟਿਕਾ ਲਾ, ਤੁਸੀਂ ਸੌਂ ਗਏ, ਲੋਕਾਂ ਨੂੰ ਮੌਕਾ ਮਿਲ ਗਿਆ, ਹੁਣ ਤੁਸੀਂ ਇਹਨੂੰ ਬਾਣੀ ਸਮਝੋਗੇ। ਮੈਨੂੰ ਗੱਲ ਨਾ ਲਾ ਕੇ ਕਹਿੰਦਾ ਪੁੱਤਰਾ, ਆਪਣੀ ਚੇਤਨਤਾ ਦੇ ਘੋੜੇ ਦੌੜਾ, ਕਿਹੜੇ ਅੰਗ ਤੋਂ ਤੂੰ ਇਹ ਬਾਣੀ ਪੜ੍ਹੀ? ਅਤੇ ਗੁਰੂ ਗ੍ਰੰਥ ਸਾਹਿਬ ਦੀ ਚਰਨ ਧੂੜ ਸਦਕਾ 7ਵੀਂ ਵਿੱਚ ਸਾਂ, ਜਦੋਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਬਾਨੀ ਯਾਦ ਹੋ ਗਿਆ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ, ਸਾਰੇ ਚਾਰ ਚੁਫੇਰੇ ਦੌੜਾ ਕੇ ਵੇਖਿਆ, ਮੈਨੂੰ ਕਿਸੇ ਅੰਗ ਤੋਂ ਇਹ ਬਾਣੀ ਨਾ ਲੱਭੀ। ਕਿਹੜੀ? ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ। ਇਹ ਬਾਣੀ ਨਹੀਂ, ਮਗਰ ਨਾਨਕ ਦਾ ਨਾਮ ਨਾਲ ਜੋੜ ਦਿੱਤਾ ਹੈ। ਸਾਡੀ ਅਗਿਆਨਤਾ ਨੇ ਅਤੇ ਸਾਡੇ ਅਵੇਸਲੇਪਨ ਨੇ ਬਹੁਤ ਕੁਝ ਅੰਦਰ ਚੋਰ ਮੋਰੀਆਂ ਰਾਹੀਂ ਵਾੜਤਾ ਹੈ। ਤੁਸੀਂ ਇਹ ਵੀ ਪੜ੍ਹਦੇ ਹੋ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਹ, ਇਹ ਵੀ ਬਾਣੀ ਨਹੀਂ। ਆਖੋ ਵਾਹਿਗੁਰੂ, ਇਹ ਵੀ ਥੋੜ੍ਹਾ ਜਿਹਾ ਪੜ੍ਹਨ ਲੱਗੇ
ਕਿਸੇ ਕੋਲੋਂ ਪੁੱਛ ਲਿਆ ਕਰੋ ਵੀ ਇਹ ਬਾਣੀ ਹੈ ਵੀ ਕਿ ਨਹੀਂ। ਮੈਂ ਕਹਿਣ ਲੱਗਾ ਸਾਂ ਵੀ ਇਹਨਾਂ ਨੇ ਬੱਚਿਆਂ ਨੇ ਸ਼ਬਦ ਪੜ੍ਹਿਆ ਵੀ ਇਹ ਸਰੀਰ ਆ ਮੇਰਿਆ, ਇਹ ਆ ਬਾਣੀ ਜਿਹੜੀ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੀਤਿਆਂ ਲੱਭ ਜਾਵੇ ਉਹਨੂੰ ਕਹਿੰਦੇ ਬਾਣੀ, ਕਿਉਂਕਿ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੰਪਿਊਟਰ 'ਤੇ ਚਾੜੀ। ਆਹ ਜਿਹੜਾ ਬਚਨ ਹੈ ਪਾ ਕੇ ਵੇਖੋ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੰਮੇ, ਨਹੀਂ ਆਊਗਾ, ਹੈ ਹੀ ਨਹੀਂ। ਕੁਝ ਪਕੜਿਆ ਜੇ ਮੈਂ ਕਿਉਂ 2 ਮਿੰਟ ਲਾਏ ਨੇ ਤੇ ਵੀ ਕਿਤੇ ਤੁਹਾਨੂੰ ਚੋਰ ਮੋਰੀ ਕੋਈ ਕੱਚੀ ਬਾਣੀ ਪਾ ਕੇ ਨਾਨਕ ਦਾ ਨਾਂ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾ, ਕੋਈ ਬਾਣੀ ਨਹੀਂ। ਸਿੱਖਾ ਬਾਣੀ ਦੀ ਕਸਰਤ ਕਦਰ ਕਰ, ਆਖ ਵਾਹਿਗੁਰੂ। ਭਾਈ ਗੁਰਦਾਸ ਜੀ ਨੂੰ ਪੁੱਛਿਆ, ਭਾਈ ਸਾਹਿਬ ਜੀ ਜਿਹੜੇ ਜਿਹੜੇ ਕਵੀ ਬਾਣੀ ਲੈ ਕੇ ਆਏ ਨੇ ਤੇ ਤੁਹਾਨੂੰ ਕਿਹਾ ਵੀ ਇਹ ਵੀ ਬਾਣੀ ਚੜ੍ਹਾ ਦਿਓ, ਤੇ ਤੁਸੀਂ ਕਿਹਾ ਇਹ ਬਾਣੀ ਨਹੀਂ ਚੜ੍ਹਨੀ, ਇਹ ਬਾਣੀ ਕੱਚੀ ਹੈ, ਸਤਿਗੁਰੂ ਬਿਨਾ ਬੋਲੋ ਨਹੀਂ, ਨਹੀਂ ਹੋਰ ਕੱਚੀ ਹੈ ਬਾਣੀ, ਸਤਿਗੁਰੂ ਬਿਨਾ ਹੋਰ ਬਾਣੀ ਤਾਂ ਕੱਚੀ। ਇਹ ਵੇਖੋ ਰਟਨ ਤੇ ਤੁਸੀਂ ਕਰਦੇ ਹੋ, ਮਗਰ ਉਹ ਪਛਾਣ ਸਾਡੀ ਆਤਮਾ ਨੂੰ ਭੁੱਲ ਗਈ ਜਿਹੜੀ ਭਾਈ ਸਾਹਿਬ ਨੇ ਜਵਾਬ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਾਈ ਸਾਹਿਬ ਜੀ ਜਿਹੜਾ ਕੋਈ ਆਣ ਕੇ ਆਪਣੀ ਕਵਿਤਾ ਲਿਖਾਉਣ ਪੈਂਦਾ ਹੈ ਤੇ ਤੁਸੀਂ ਕਹਿੰਦੇ ਬਈ ਇਹ ਨੋਟ ਨਹੀਂ ਆਉਣੀ, ਇਹ ਬਾਣੀ ਕੱਚੀ ਆ, ਪਤਾ ਲੱਗੇ ਪੁੱਤ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗ ਜਾਂਦਾ, ਸੁਣਿਓ ਧਿਆਨ ਨੂੰ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗ ਜਾਂਦਾ ਵੀ ਇਹ ਬਾਣੀ ਸੱਚੀ ਆ ਤੇ ਇਹ ਬਾਣੀ ਕੱਚੀ ਆ ਤੇ ਇਹ ਪੱਕੀ ਆ ਸੱਚੀ ਆ? ਤੇ ਭਾਈ ਗੁਰਦਾਸ ਜੀ ਨੇ ਜਵਾਬ ਦਿੱਤਾ, ਸਤਿਗੁਰੂ ਇਹਦੇ 'ਚ ਦੱਸਣ ਵਾਲੀ ਕਿਹੜੀ ਗੱਲ ਆ, ਇੱਕ ਔਰਤ ਪਰਦੇ ਦੇ ਪਿੱਛੇ ਉਹਦਾ ਮਰਦ ਬੋਲਦਾ ਹੋਵੇ ਤੇ ਉਹਦੀ ਆਵਾਜ਼ ਨੂੰ ਪਛਾਣ ਲੈਂਦੀ, ਨਹੀਂ ਪਤਾ ਲੱਗਾ ਪਰਦੇ ਦੇ ਪਿੱਛੇ ਉਹਨੇ ਖਸਮ ਦਾ ਮੂੰਹ ਨਹੀਂ ਵੇਖਿਆ ਮਗਰ ਆਵਾਜ਼। ਸਾਡੀ ਤਮੀਜ਼ ਹੁਣ ਕਿਉਂ ਖਤਮ ਹੋਈ ਜਾਂਦੀ ਆ ਵੀ ਅਸੀਂ ਜਿਹਨੂੰ ਮਰਜ਼ੀ ਬਾਣੀ ਮੰਨੀ ਜਾਂਦੇ, ਦਸਮ ਪਿਤਾ ਦੀ ਅੰਮ੍ਰਿਤ ਬਾਣੀ ਆਖੋ ਵਾਹਿਗੁਰੂ, ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਸਾਹਿਬ ਦੀਆਂ ਗਜ਼ਲਾਂ ਵਾਰਾਂ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਤੋਂ ਬਿਨਾਂ ਸਿੱਖਾ ਪਛਾਣਨ ਦੀ ਕੋਸ਼ਿਸ਼ ਕਰ, ਹੰਸ ਹੋਏ ਬੋਲੋ, ਫੇਰ ਉੱਚੀ ਬੋਲੋ, ਤੇ ਹੀਰਾ ਲੇ ਪਛਾਣੀ, ਨਹੀਂ ਪਤਾ ਲੱਗ, ਪਤਾ ਲੱਗਾ ਹੰਸ ਦੇ ਅੱਗੇ ਜਿਹੜਾ ਮਰਜ਼ੀ ਪੱਥਰ ਤੁਸੀਂ ਰੱਖ ਦਿਓ, ਹੰਸ ਨਹੀਂ ਮੰਨੂਗਾ ਵੀ ਇਹ ਹੀਰੇ ਤੇ ਮੈਨੂੰ ਆਪਣੇ ਅੰਦਰ ਨਗਾ ਲਾਂ। ਸਿੱਖਾ ਇਹ ਤਬਾਹੀ ਦੇ ਸੈਨ ਨੇ, ਜਿੱਦਣ ਤੇਰੇ ਥਾਲ ਵਿੱਚ ਪਰੋਸ ਕੇ ਕੋਈ ਕੱਚੀ ਬਾਣੀ ਰੱਖੀ ਜਾਊ ਤੇ ਤੂੰ ਗਾਈ ਜਾਏਗਾ, ਆਖੋ ਵਾਹਿਗੁਰੂ। ਇਹਨਾਂ ਨੇ ਸ਼ਬਦ ਪੜਿਆ, ਬਾਬਾ ਅਮਰਦਾਸ ਦਾ ਬਚਨ ਹੈ ਉੱਤੇ ਠੱਪਾ ਲੱਗਾ ਇਹ ਧੰਨ ਗੁਰੂ ਨਾਨਕ ਸਾਹਿਬ ਦਾ। ਤੁਹਾਨੂੰ ਬਾਣੀ ਦੇ ਵਜਨ ਤੋਂ ਪਤਾ ਲੱਗਣਾ ਚਾਹੀਦਾ ਵੀ ਇਸ ਬਾਣੀ ਦੇ ਵਿੱਚ ਪੂਰਾ ਵਜਨ ਆ ਜੋ ਗੁਰੂ ਕਹਿਣਾ ਚਾਹੁੰਦਾ, ਇਹ ਸਰੀਰ ਆ ਮੇਰਿਆ ਬੋਲੋ। ਮੈਂ ਬੜਾ ਖੁਸ਼ ਹੁੰਦਾ ਜੇ ਤੁਸੀਂ ਇਸ ਤਰ੍ਹਾਂ ਹੱਥ ਲਾਉਂਦੇ ਹੋ ਆਪਣੇ ਸਰੀਰ ਨੂੰ ਵੀ ਮੇਰਿਆ ਸਰੀਰ ਆ, ਅੱਜ ਮੈਂ ਤੇਰੇ ਨਾਲ ਗੱਲ ਕਰਨ ਲੱਗਾ, ਪਤਾ ਲੱਗਾ ਅੱਜ ਮੈਂ ਤੇਰੇ ਨਾਲ ਮੇਰੇ ਸਵਾਲ ਜਵਾਬ ਹੋਣ ਲੱਗੇ ਨੇ, ਇਸ ਤਰ੍ਹਾਂ ਨਹੀਂ। ਜੇ ਸਰੀਰ ਨਾਲ ਗੱਲ ਕੀਤੀ ਅਤੀ ਉਹ ਤੇ ਸਰੀਰ ਨੂੰ ਮੁਖਾਤਬ ਹੋ ਕੇ ਸੁਰਤ ਚ ਲਿਆਓ, ਮੈਂ ਸਰੀਰ ਨਾਲ ਗੱਲ ਕਰਨ ਲੱਗਾ। ਜੇ ਕੰਨਾਂ ਨਾਲ ਗੱਲ ਕੀਤੀ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਤੁਹਾਨੂੰ ਚੇਤਾ ਹੋਵੇ ਹੁਣ ਮੈਂ ਗੱਲ ਕਿਸੇ ਨਾਲ ਕਰਨ ਲੱਗਾ, ਕੰਨਾਂ ਨਾਲ ਗੱਲ ਕਰਨ ਲੱਗਾ।
ਇਹ ਨੇਤਰੋ ਮੇਰਿਓ, ਅੱਖਾਂ ਨਾਲ ਗੱਲ ਕਰਨ ਲੱਗਾ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਮੈਂ ਆਪਣੀ ਜੀਭ ਨਾਲ ਗੱਲ ਕਰਨ ਲੱਗਾ। ਸਿੱਖਾ ਸੌਂ ਕੇ ਥੋੜੀ ਬਾਣੀ ਪੜੀ ਦੀ, ਅਸਿੱਧਾ ਕਰ ਪਿੱਛੋਂ ਇਤਰਾ ਮੈਂ ਬਈ ਆਖੋ ਵਾਹਿਗੁਰੂ ਸੌਂ ਕੇ ਥੋੜੀ ਬਾਣੀ ਪੜੀ ਦੀ, ਬਾਣੀ ਦੇ ਵਿੱਚ ਉਤਰ ਜੀ ਦਾ ਵੀ ਪੂਰਾ ਵਜਨ ਪੈਂਦਾ ਇੱਕ ਨੀ ਗੱਲ ਤੇ। ਸੋਹਣੀ ਤਰ੍ਹਾਂ ਗਾ, ਇਹ ਸਰੀਰਾ ਮੇਰਿਆ, ਬੋਲੋ ਇੱਥੇ ਹੱਥ ਲਾ ਕੇ, ਇਹਨੂੰ ਚੇਤਨਤਾ ਚ ਲਿਆ ਕੇ, ਇਸ ਜੱਗ ਮੈਂ ਆਏ ਕੇ, ਨਹੀਂ ਨਹੀਂ ਅੱਗੇ ਨਾ ਪੜੋ ਜੀ, ਇਹਨਾਂ ਹੀ ਇਸ ਜੱਗ ਮੈਂ, ਤੇ ਫਿਰ ਇਹਨੂੰ ਪੁੱਛੋ ਕਿੰਨੇ ਸਾਲ ਦਾ ਆਇਆ ਹੈ, ਇਹ ਦੱਸੋ ਮੈਂ 40 ਸਾਲ ਦਾ ਆਇਆ, 50 ਸਾਲ ਦਾ ਆਇਆ, ਤੇ ਫਿਰ ਇਹਦੇ ਨਾਲ ਗੱਲ ਕਰਿਓ। 40 ਸਾਲ ਦਾ ਪੀਰੀਅਡ, 40 ਸਾਲ ਦਾ ਪੀਰੀਅਡ, ਤੂੰ ਦੱਸ ਵੀ 40 ਸਾਲਾਂ ਚ ਆਇਆ ਤੇ ਤੂੰ ਗੋਬਿੰਦ ਨੂੰ ਮਿਲਣ ਨੂੰ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਤੇ ਉਸ ਗੋਬਿੰਦ ਵੱਲ ਨੂੰ ਕਿੰਨੇ ਕ ਕਦਮ ਤੁਰਿਆ, ਕਿਆ ਤੁਧ ਕਰਮ ਕਮਾਇਆ, ਗੋਬਿੰਦ ਨੂੰ ਮਿਲਣ ਨੂੰ ਕੀ ਕਰਮ ਕਮਾਈ ਕੀਤੀ, ਉਹ ਕਿੰਨਾ ਕ ਸਿਮਰਨ ਕੀਤਾ ਈ, ਕਿੰਨੀ ਬੰਦਗੀ ਕੀਤੀ, ਉਹ ਕਿੰਨਾ ਅੰਮ੍ਰਿਤ ਵੇਲਾ ਸੰਭਾਲਿਆ ਈ। ਆਖੋ ਵਾਹਿਗੁਰੂ ਕਿਆ ਤੁਧ, ਉੱਚੀ ਬੋਲਿਆ ਕਰੋ ਪੁੱਤ, ਕਿਆ ਤੁਧ ਕੀ ਦੱਸੂ। ਤੁਸੀਂ ਵੱਡੀ ਛਾਲ ਮਾਰ ਲੋਗੇ, ਆਖੋਗੇ ਅਸੀਂ ਜੀ ਆਸਟ੍ਰੇਲੀਆ ਪਹੁੰਚ ਗਏ, ਵੱਡੀ ਛਾਲ ਮਾਰੋਗੇ, ਮੈਂ ਸਰੀਰ ਵਿੱਚ ਆਣ ਕੇ ਆਸਟ੍ਰੇਲੀਆ ਚ ਇੱਕ ਮਕਾਨ ਵੀ ਲੈ ਲਿਆ, ਦੋ ਲੈ ਲਏ ਨੇ, ਟਰੱਕ ਪਾ ਲਏ ਨੇ, ਕੰਮ ਖੋਲ, ਇਹੋ ਕੁਝ ਦੱਸੋਗੇ ਜੋ ਕੁਝ ਕੀਤਾ ਹੈ, ਨਹੀਂ ਪਤਾ ਲੱਗ ਰਿਹਾ ਜੋ ਕੁਝ, ਉਹੋ ਕੁਝ ਦੱਸੋਗੇ ਨਾ। ਮੈਂ ਜਲੰਧਰ ਛੱਡਤਾ, ਮੈਂ ਤੇ ਆਸਟ੍ਰੇਲੀਆ ਆਣ ਕੇ ਵੱਸ ਗਈ, ਮੈਂ ਤੇ ਇੱਥੇ ਘਰ ਵੀ ਲੈ ਲਿਆ ਜੀ। ਮੇਰਾ ਗੁਰੂ ਕੁਝ ਹੋਰ ਪੁੱਛਦਾ ਹੈ, ਆਖੋ ਵਾਹਿਗੁਰੂ, ਕਹਿੰਦਾ ਪੁੱਤਰਾ ਮੈਂ ਤੈਨੂੰ ਅਮਰੀਕਾ ਕੈਨੇਡਾ ਦੀ ਗੱਲ ਨਹੀਂ ਪੁੱਛੀ, ਤੈਨੂੰ ਆਸਟ੍ਰੇਲੀਆ ਦੀ ਗੱਲ ਨਹੀਂ ਪੁੱਛੀ, ਮੈਂ ਤੈਨੂੰ ਅੱਜ ਕੁਐਸਚਨ ਕਰਦਾ, ਜਿਨ ਹਰ ਤੇਰਾ ਰਚਨ ਰਚਿਆ, ਨਹੀਂ ਪਕੜ ਚ ਆਇਆ ਲਈ, ਜਿਨ ਹਰ ਜਿਨੇ ਤੇਰੀ ਰਚਨਾ ਰਚੀ ਆ, ਉਹ ਮੇਜਰ ਕੰਮ ਤੇ ਤੂੰ ਭੁੱਲ ਹੀ ਗਿਓ, ਵੱਡਾ ਕੰਮ ਤੇ ਤੂੰ ਭੁੱਲ ਹੀ ਗਿਓ, ਸੋ ਹਰ ਮਨ ਨਾ ਵਸਾਇਆ, ਉਸ ਵਾਹਿਗੁਰੂ ਨੂੰ ਉਹ ਤੇ ਪੀਰੀਅਡ ਸਾਰਾ ਤੂੰ ਗਵਾ ਲਿਆ, ਸੋਏ ਕੇ ਰਹਿਣ ਗਵਾਈ, ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਕੌਡੀ ਬਦਲੇ, ਹੀਰੇ ਵਰਗਾ ਜਨਮ ਕੌਡੀਆਂ ਦੇ ਭਾਗ ਵਾਲੇ ਆਈ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਇਹ ਪਚੰਗੀ ਆ ਨਾ ਜਿੱਡਾ ਕ, ਤੂੰ ਖੜਾ ਹੋ ਜਾ ਬਈ, ਖੜਾ ਹੋ ਇੱਕ ਮਿੰਟ, ਸਾਰਿਆਂ ਨੂੰ ਫਤਿਹ ਬੁਲਾ, ਫਤਿਹ ਬੁਲਾ ਦੇ ਸਾਰਿਆਂ ਨੂੰ, ਫਤਿਹ ਬੁਲਾ ਗੱਡ ਕੇ, ਖਾਲਸਾ ਵਾਹਿਗੁਰੂ। ਬੈਠ ਜਾਓ, ਏਡਾ ਸੀ ਮੱਝਾਂ ਚਾਰਦਾ ਸੀ, ਆਖੋ ਵਾਹਿਗੁਰੂ, ਜੇ ਇਤਨਾ ਰਹੋਗੇ ਨਾ ਸੱਚੀ ਮੁੱਚੀ ਸਮਝ ਬੜੀ ਪਵੇਗੀ, ਐਂ ਸੁਚੇਤ ਹੋ ਗਏ। ਮੱਝਾਂ ਚਾਰਦੇ ਦੇ ਇੱਕ ਦਿਨ ਭਾਗ ਖੁੱਲ ਗਏ, ਤੇ ਜਿਸ ਗੁਰੂ ਨਾਨਕ ਦੇ ਦਰਸ਼ਨ ਲਈ ਕਰੋੜਾਂ ਦੇਵੀ ਦੇਵਤੇ ਲੋਚਦੇ ਨੇ ਨਾ, ਇਹਨੂੰ ਮੱਝਾਂ ਚਾਰਦੇ ਨੂੰ ਆਣ ਕੇ ਮਿਲ ਪਿਆ। ਧਿਆਨ ਦਿਓ, ਇਸ ਉਮਰ ਦੇ ਨੂੰ ਹੱਥ ਚ ਡੰਡਾ ਫੜਿਆ, ਮੋਢੇ ਤੇ ਖੇਸੀ ਰੱਖੀ, ਤੇ ਮੱਝਾਂ ਚਾਰਨ ਡਿਆ ਏਡਾ, ਆਖੋ ਵਾਹਿਗੁਰੂ, ਤੇ ਆਣ ਕੇ ਜਗਤ ਗੁਰੂ ਨਾਨਕ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਆਖਿਆ, ਮੱਝਾਂ ਤੇਰੀਆਂ ਨੇ, ਵੇਖੋ ਜਦੋਂ ਚੇਤਾ ਹੋਵੇ ਨਾ ਉਦੋਂ ਬੰਦਾ ਤਮੀਜ਼ ਨਾਲ ਕਿੰਨਾ ਬੋਲਦਾ ਜੀ।
ਉਹਨਾਂ ਕਿਹਾ ਤੇਰੀਆਂ ਮੱਝਾਂ ਨੇ ਸੰਤ ਸਰੂਪ ਵੇਖ ਕੇ 7.5 ਫੁੱਟ ਲੰਬਾ ਗੋਲ ਦਸਤਾਰਾ ਪੀਲਾ ਚੋਲਾ ਚਿੱਟਾ ਦਮਾਲਾ ਐੜੀਆਂ ਲੰਮੀਆਂ ਬਾਹਾਂ ਨੂਰੋ ਨੂਰ ਅੱਖਾਂ ਵੇਖ ਕੇ ਗੁਰਪੂਰਾ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਅੰਮ੍ਰਿਤ ਦ੍ਰਿਸ਼ਟੀ ਪਾ ਦੇ ਰਾਕਸ਼ਸ ਨੂੰ ਸੰਤ ਬਣਾ ਦੇ ਇਸ ਤਰ੍ਹਾਂ ਦਾ ਅੱਜ ਸੰਤ ਮਿਲ ਗਿਆ ਕਿਹਨੂੰ ਉਹ ਬੱਚੇ ਨੂੰ ਅੱਖ ਵਾਹਿਗੁਰੂ ਦ੍ਰਿਸ਼ਟੀ ਪਾਈ ਪੈਰਾਂ ਤੋਂ ਲੈ ਕੇ ਸਿਰ ਤੱਕ ਬੱਚੇ ਤੱਕ ਮੈਸੇਜ ਪਹੁੰਚ ਗਿਆ ਮੇਰੀ ਇਹ ਜਿੰਦੇ ਇਹ ਜਿਹੜਾ ਤੇਰੇ ਕੋਲ ਆਇਆ ਕੋਈ ਐਰਾ ਗਹਿਰਾ ਨਹੀਂ ਇਹ ਜ਼ਾਹਿਰ ਪੀਰ ਜਗਤ ਗੁਰ ਬਾਬਾ ਜ਼ਾਹਿਰ ਪੀਰ ਜਗਤ ਗੁਰ ਬਾਬਾ ਜ਼ਾਹਿਰ ਖੁੱਲ ਕੇ ਖੁੱਲ ਕੇ ਮੈਂ ਚਾਹੁੰਦਾ ਹਾਂ ਤੁਹਾਡੀਆਂ ਅੱਖਾਂ ਮੁੰਦੀਆਂ ਜਾਂਦੀਆਂ ਤੇ ਗੁਰੂ ਕਿਹਾ ਸਿੱਖਾ ਤੂੰ ਗੁਰੂ ਨਾਨਕ ਸਾਹਿਬ ਦੇ ਆਤਮਕ ਕੱਦ ਨੂੰ ਵੇਖ ਲਓ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਪਸ਼ੂ ਪ੍ਰੇਤ ਮੁਗਦ ਕੋ ਪਾਹਨ ਪਾਰ ਉਤਾਰੇ ਤੂੰ ਕਿਤੇ ਇੰਨਾ ਉੱਚਾ ਉਹਦਾ ਕੱਦ ਵੇਖ ਲੈਨੋ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਤੂੰ ਕਿਤੇ ਉਹਦੇ ਉੱਚੇ ਕੱਦ ਨੂੰ ਵੇਖੋ ਮਗਰ ਸਿੱਖਾ ਤੂੰ ਫੋਟੋਆਂ ਚ ਵੇਖਿਆ ਤੇ ਪੈਰਾਂ ਚ ਲਿਖੀ ਬਾਣੀ ਵੇਖੋ ਕਿੱਡੀ ਵੱਡੀ ਇੱਕ ਨਰਾਦਰੀ ਵਾਲੀ ਗੱਲ ਆ ਹੈ ਤੇ ਉਹ ਕੱਚੀ ਬਾਣੀ ਆਖੋ ਵਾਹਿਗੁਰੂ ਮਗਰ ਤੂੰ ਇਹ ਵੀ ਇਹ ਗੱਲੋਂ ਵੀ ਨਾ ਤੜਫਿਓ ਵੀ ਬਾਬੇ ਦੀ ਤਸਵੀਰ ਉੱਤੇ ਤੇ ਪੈਰਾਂ ਚ ਬਾਣੀ ਲਿਖੀ ਕਦੀ ਵੇਖੀ ਨੀ ਆ ਜਿਹੜੀਆਂ ਤੋੜਾਂ ਲਿਖੀਆਂ ਇੱਕੋ ਸਿਮਰੋ ਨਾਨਕਾ ਜੋ ਜਲ ਥਰ ਰਿਹਾ ਸਮਾਏ ਇਹ ਬਾਬਾ ਉੱਤੇ ਆ ਪੈਰਾਂ ਚ ਤੁਖਾਂ ਲਿਖੀਆਂ ਨਹੀਂ ਪਤਾ ਲੱਗਾ ਮੈਂ ਕੀ ਮੇਰਾ ਕੀ ਦੁੱਖ ਆ ਦੁਖਾਂ ਤੇ ਬਾਣੀ ਉੱਤੇ ਹੁੰਦੀ ਤੇ ਸਰੀਰ ਥੱਲੇ ਹੁੰਦਾ ਹੈ ਆਖੋ ਵਾਹਿਗੁਰੂ ਰੱਜ ਕੇ ਬੋਲੋ ਉਹਨੇ ਆਣ ਕੇ ਆਖ ਮੱਝਾਂ ਤੇਰੀਆਂ ਤੇ ਤਮੀਜ਼ ਵਿੱਚ ਆਣ ਕੇ ਛੋਟੇ ਜਿਹੇ ਡਿਪ ਚੰਗੀ ਨੇ ਆਖਿਆ ਜੀ ਮੇਰੀਆਂ ਕਿੱਥੋਂ ਆ ਗਈਆਂ ਤੁਹਾਡੀਆਂ ਨੇ ਦਰਸ਼ਨ ਹੀ ਕੀਤੇ ਦਰਸ਼ਨ ਕੀਤੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਗੁਰਮਿਲ ਤਾਂ ਕੇ ਖੁੱਲੇ ਕਪਾਟ ਗੁਰਮਿਲ ਤਾਂ ਕੇ ਖੁੱਲੇ ਕਪਾਟ ਗੁਰੂ ਦੇ ਦੀਦਾਰ ਹੋਏ ਕਵਾੜ ਖੁੱਲ ਗਏ ਛੋਟੇ ਜਿਹੇ ਬੱਚੇ ਆਂਦਾ ਮਹਾਰਾਜ ਮੱਝਾਂ ਮੇਰੀਆਂ ਕਿੱਥੋਂ ਤੁਹਾਡੀਆਂ ਹੀ ਨੇ ਸਾਨੂੰ ਲੱਗੀ ਭੁੱਖ 7.5 ਫੁੱਟ ਵਾਲਾ ਕਹਿੰਦਾ ਸਾਨੂੰ ਲੱਗੀ ਦੁੱਧ ਪਿਆਏਗਾ ਕਿਉਂ ਨੀ ਮਹਾਰਾਜ ਇੰਨੀਆਂ ਮੱਝਾਂ ਨੇ ਮੈਂ ਹੁਣੇ ਜਾਣਾ ਪਿੰਡੋਂ ਦੁੱਧ ਲੈ ਕੇ ਆਉਣਾ ਆਖੋ ਵਾਹਿਗੁਰੂ ਮੈਂ ਹੁਣੇ ਜਾਣਾ ਪਿੰਡੋਂ ਦੁੱਧ ਲੈ ਕੇ ਆਉਣਾ ਸੱਚਮੁੱਚ ਹੀ ਮਾਂ ਨੂੰ ਨੀ ਪੁੱਛਿਆ ਪਿਓ ਨੂੰ ਨੀ ਪੁੱਛਿਆ ਮਲਾਈ ਸਮੇਤ ਹੀ ਐਡਾ ਵੱਡਾ ਗੜਵਾ ਭਰ ਲਿਆ ਆ ਦੁੱਧ ਦਾ ਦੋ ਛੰਨੇ ਉਦੋਂ ਗਲਾਸ ਨੀ ਛੰਨੇ ਹੁੰਦੇ ਕਿਹਨੂੰ ਕਿਹਨੂੰ ਪਤਾ ਹੈ ਨਵੀਆਂ ਨਸਲਾਂ ਨੂੰ ਪਤਾ ਹੈ ਛੰਨੇ ਹੁਣ ਤੇ ਆਉਂਦੇ ਨੀ ਬਾਜ਼ਾਰ ਦੇ ਵਿੱਚ ਆਖੋ ਵਾਹਿਗੁਰੂ ਕਾਹਦੇ ਹੁੰਦੇ ਸੀ ਕਹਿੰਦੇ ਸ਼ਾਬਾ ਸ਼ਾਬਾ ਦੋ ਛੰਨੇ ਲੈਣ ਦੇ ਇੱਕ ਛੰਨਾ ਭਰ ਕੇ ਜਗਤ ਗੁਰੂ ਨਾਨਕ ਅੱਗੇ ਰੱਖਤਾ ਇੱਕ ਛੰਨਾ ਭਰ ਕੇ ਭਾਈ ਮਰਦਾਨੇ ਅੱਗੇ ਰੱਖਤਾ ਤੇ ਮੇਰੇ ਜਗਤ ਗੁਰੂ ਨਾਨਕ ਸਾਹਿਬ ਨੇ ਆਖਿਆ ਨਹੀਂ ਇਹ ਗੱਲ ਬਣੀ ਨਹੀਂ ਇੱਕ ਛੰਨਾ ਤੂੰ ਪੀ ਇੱਕ ਛੰਨਾ ਮਰਦਾਨਾ ਪੈਂਦਾ ਜਿਹੜਾ ਗੜਵੇ ਚ ਰਹਿ ਗਿਆ ਉਹ ਮੈਂ ਪੀ ਲੂੰ ਮਗਰੋਂ ਤੇ ਨਾ ਨੇ ਦੁੱਧ ਛਕਿਆ
ਖੁਸ਼ ਹੋਈ ਸਰਕਾਰ, ਤੁੱਠਾ ਮੇਹਰ ਦੇ ਘਰ ਵਿੱਚ ਆਇਆ। ਐਡੇ ਪਚੰਗੀ ਨੂੰ ਗੱਲ ਨਾ ਲਾ ਕੇ ਘੁੱਟ ਕੇ ਕਹਿੰਦਾ ਤੈਨੂੰ ਇੱਕ ਗੱਲ ਪੁੱਛਾਂ। ਸੁਣਿਓ ਜੀ, ਗੁਰੂ ਕੇ ਸਿੱਖ ਟਿਕੇ ਹੋ ਨਾ, ਮਨ ਟਿਕਿਆ, ਇਹ ਕਿਸੇ ਭੱਜਾ ਤਾਂ ਨਹੀਂ ਫਿਰਦਾ। ਇਹ ਬੀਜ ਟਿਕਾਣੇ ਤੇ ਨਹੀਂ ਜੇ ਪੈਣਾ, ਜੇ ਤੁਸੀਂ ਅੰਦਰੋਂ ਸੁਰਤ ਭੱਜੀ ਫਿਰਦੀ ਹੋਈ ਤੇ ਇੱਥੇ ਸਰੀਰ ਦਾ ਕੋਈ ਮੇਲ ਨਹੀਂ। ਜੇ ਹੋ ਸਕਦਾ ਕੋਈ ਲੰਗਰ ਚ ਖਲੋਤਾ ਸੁਣ ਰਿਹਾ ਹੋਵੇ ਤੇ ਉਹ ਲਾਹ ਲੈ ਜੇ, ਸਰੀਰ ਲੰਗਰ ਚ ਆ ਮਗਰ ਸੁਰਤ ਸ਼ਬਦ ਵਿੱਚ ਆ। ਇੱਥੇ ਤੇ ਝੋਲੀ ਉਹਦੀ ਭਰਨੀ। ਇਸ ਘਰ ਦੀ ਇੱਕ ਕਹਾਣੀ ਦੱਸਾਂ ਜੀ। ਇੱਥੇ ਸਰੀਰ ਗੁਰੂ ਨਹੀਂ ਤੇ ਸਰੀਰ ਸਿੱਖ ਨਹੀਂ। ਨਾ ਸਰੀਰ ਗੁਰੂ ਆ ਨਾ ਚੇਲਾ ਸਰੀਰ ਆ। ਹੈਰਾਨ ਹੋ ਗਏ ਹੋ, ਕੁਛ ਬੋਲੋ, ਹੈਰਾਨ ਹੋਏ ਦੱਸਾਂ, ਖੋਲਾਂ ਨਾ ਅੱਖ ਵਾਹਿਗੁਰੂ। ਇੱਥੇ ਸ਼ਬਦ ਗੁਰੂ ਆ ਤੇ ਸੁਰਤ ਚੇਲਾ ਹੈ, ਸਰੀਰ ਦਾ ਕੋਈ ਲੈਣਾ ਦੇਣਾ ਨਹੀਂ। ਇੱਥੇ ਇਹ ਵੱਖਰੀ ਗੱਲ ਆ ਵੀ ਸਾਡੇ ਪੰਥ ਦੇ ਵਿੱਚ ਅੱਜ ਜਿੰਨੀ ਸਰੀਰ ਦੀ ਪੁੱਛ ਆ ਉਨੀ ਸ਼ਬਦ ਦੀ ਪੁੱਛ ਨਹੀਂ ਹੈਗੀ। ਸਮਝਦੇ ਹੋ ਕਿ ਨਹੀਂ? ਬੋਲੋ ਨਾ ਗੁਰੂ ਕੇ ਸਿੱਖੋ, ਪਤਾ ਲੱਗ ਰਿਹਾ। ਜਿੰਨੀ ਜੀ ਆਇਆ ਸਰੀਰ ਦੀ ਹੁੰਦੀ ਉਨੀ ਸ਼ਬਦ ਲਾਗੋਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੰਘਣ ਡੇ ਆਉਣ, ਉਦਣ ਪਾਣੀ ਕੋਈ ਨਹੀਂ ਤਰੌਂਕਦਾ ਸੜਕ ਦੇ ਉੱਤੇ ਜਿੰਨੀ ਇੱਕ ਬਾਬੇ ਨੇ ਆਉਣਾ ਹੋਵੇ ਤੇ ਸੜਕਾਂ ਦੇ ਪਾਣੀ ਤਰੌਂਕਦੇ। ਸਾਡਾ ਸੰਬੰਧ ਸ਼ਬਦ ਨਾਲੋਂ ਘੱਟ ਸਰੀਰ ਨਾਲ ਜ਼ਿਆਦਾ ਹੁੰਦਾ ਤੇ ਸਰੀਰ ਨੂੰ ਗੁਰੂ ਸਾਹਿਬ ਦੀਨ ਦੁਨੀਆਂ ਦੇ ਮਾਲਕ ਨੇ ਕਿਹਾ ਅੱਜ ਕਹਿਣਾ ਹੈ, ਜੈਸੇ ਜਲ ਤੇ ਬੁਧਬੁਧਾ ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣਮੀਤ, ਪਾਚ ਤੱਤ ਕੋ ਤਨ ਰਚਿਆ ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਂ ਹੇ ਮਹਿਮਾਨ। ਅੱਜ ਸਤਿਗੁਰੂ ਨੇ ਵਚਨ ਕਰਨੇ ਨੇ ਅੱਖ ਵਾਹਿਗੁਰੂ। ਇਹ ਹੁਣ ਤੁਹਾਡੀ ਮਰਜ਼ੀ ਆ ਵੀ ਤੁਸੀਂ ਮੱਥੇ ਤੇ ਤਿਊੜੀਆਂ ਪਾ ਕੇ ਸਰੀਰ ਨੂੰ ਮੰਨਣਾ ਕਿ ਸ਼ਬਦ ਨੂੰ ਮੰਨਣਾ। ਲਾਇਆ ਵੈਸੇ ਤੁਹਾਨੂੰ ਸ਼ਬਦ ਦੇ ਲੜਿਆ, ਅੱਖ ਵਾਹਿਗੁਰੂ ਕਿਹਦੇ ਲੜ ਜੀ? ਸ਼ਬਦ ਵਾਹਿਗੁਰੂ 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 ਵਾਹਿਗੁਰੂ। ਇਹ ਗੁਰੂ ਨਾਲ ਗੱਲ ਬੱਕੜੀਆਂ ਪਈਆਂ ਸੁਖ ਦੀਆਂ। ਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਮਿੰਟ ਮੈਂ ਤੁਹਾਨੂੰ ਉਧਰੋਂ ਖੜਦਾ। ਵਾਹਿਗੁਰੂ ਜਿਹੜਾ ਸ਼ਬਦ ਹੈ ਇਹਦੀਆਂ ਸਾਰੀਆਂ ਮਾਤਰਾ ਬੋਲਦੇ ਹੋ ਜਪਣ ਲੱਗੇ? ਨਾ ਨਾ ਨਾ। ਜਿਹੜਾ ਬੱਬੇ ਨੂੰ ਕੰਨਾ ਹੈ ਨਾ, ਇਹ ਛੋਟੀ ਮਾਤਰਾ ਹੈ। ਵਾਹ ਜਿਹੜਾ ਹਾਹੇ ਨੂੰ ਸਿਆਰੀ ਉਹ ਪੂਰੀ ਖਿੱਚ ਵਾਲੀ ਮਾਤਰਾ ਹੈ। ਹੇ ਗੱਗੇ ਦੇ ਔਂਕੜ ਜਿਹੜਾ ਉਹ ਛੋਟੀ ਮਾਤਰਾ। ਗੋ ਰਾਰੇ ਦੇ ਥੱਲੇ ਜਿਹੜਾ ਦੋ ਆ ਉਹ ਰੂਹ,
ਅਸੀਂ ਇਸ ਤਰ੍ਹਾਂ ਜਪ ਨਹੀਂ ਕਰਦੇ, ਮਾਤਰਾ ਛੱਡ ਜਾਂਦੇ ਹਾਂ। ਪਤਾ ਲੱਗ ਗਿਆ, ਮਾਤਰਾ ਚਾਰੇ ਮਾਤਰਾ ਬੁਲਾਉ, ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਥੋੜਾ ਜਿਹਾ ਧਿਆਨ ਦੇ, ਜਦੋਂ ਆਪਾਂ ਮਾਤਰਾ ਪੂਰੀਆਂ ਨਹੀਂ ਨਾ ਬੁਲਾਉਂਦੇ ਤੇ ਜਿਹੜਾ ਸਾਡਾ ਮਨ ਹੈ ਵਿੱਚੋਂ ਭੱਜ ਜਾਂਦਾ ਹੈ, ਇੱਕ ਸੁਣਿਆ ਸੁਣਾਇਆ ਰਟਨ ਕੀਤਾ ਸ਼ਬਦ ਜਿਹੜਾ ਚੱਲਣ ਲੱਗ ਪੈਂਦਾ ਸਰੀਰ ਵਿੱਚ, ਅਤੇ ਉਹਦਾ ਪ੍ਰਮਾਣ ਦਿੱਤਾ ਜੇ ਜ਼ਿਮੀਂਦਾਰ ਤੁਹਾਡੇ ਵਿੱਚੋਂ ਕੋਈ ਹੋਵੇ ਤੇ, ਜੋਵੇ ਕੂਪ, ਬੋਲੋ ਜੋਵੇ ਕੂਪ, ਕੂਪ ਮੈਨੇ ਖੂਹ, ਖੂਹ ਜ਼ਿਮੀਂਦਾਰਾਂ ਨੂੰ ਪਤਾ, ਜੋਵੇ ਜਦੋਂ ਤੁਸੀਂ ਨਾਮ ਜਪਣਾ ਸ਼ੁਰੂ ਕੀਤਾ ਨਾ ਤੇ ਤੁਸੀਂ ਇੱਕ ਖੂਹ ਜੋਇਆ ਹੈ, ਸਿੰਚਨ ਕੋ ਬਸਤਾ, ਇਹ ਸਰੀਰ ਨੂੰ ਕਿੱਥੇ ਭੱਜ ਗਿਆ ਸਰ, ਇਸ ਤਰ੍ਹਾਂ ਹੀ ਵੇਖੀ ਜੋਗੇ ਜਿਹੜਾ ਆਊਗਾ ਜਾਊਗਾ, ਫਿਰ ਤੇ ਲਾਉਣਾ ਜ਼ੋਰ ਵਿਅਰਥ ਹੀ ਆ। ਆਖੋ ਵਾਹਿਗੁਰੂ ਇੱਕ ਕੇ ਪੁੱਤ ਸੁਣੀਦਾ, ਸ਼ਬਦ ਵਿੱਚ ਡੁੱਬ ਜੀਦਾ, ਘੁੱਟ ਕੇ ਦਿਲ ਕਰ ਗਈ ਤੁਮਾਰੀ ਲੂਕ, ਜਿਸ ਤਰ੍ਹਾਂ ਕਿਸੇ ਦੇ ਪੈਰ ਘੁੱਟ ਕੇ ਫੜੀ ਦੇ, ਇਸ ਤਰ੍ਹਾਂ ਸ਼ਬਦ ਦੇ ਸੁਰਤ ਕੋਲੋਂ ਹੱਥ ਘੁੱਟ ਕੇ ਪਵਾਓ ਤਾਂ ਕਿ ਕੋਈ ਲਾਗੋ ਨਹੀਂ ਲੰਘ ਜਾਏ, ਸਾਨੂੰ ਨਾ ਪਤਾ ਹੋਵੇ ਕੌਣ ਲੰਘ ਗਿਆ, ਸ਼ਬਦ ਨੂੰ ਪਕੜਿਆ। ਆਖੋ ਵਾਹਿਗੁਰੂ ਜੋਵੇ ਕੂਪ, ਖੂਹ ਜੋਤਾ ਕਾਹਦੇ ਲਈ, ਸੰਚਨ ਕੋ ਬਸਦਾ, ਬਸਦਾ ਮੈਨੇ ਜ਼ਮੀਨ, ਜ਼ਮੀਨ ਨੂੰ ਭਰਨ ਨੂੰ ਖਾਲੀ ਸੁੱਕੀ ਨੂੰ ਖੂਹ ਜੁੱਤਾ, ਅਤੇ ਖੂਹ ਜੁੱਤਾ ਦੇ ਵਿੱਚ ਇੱਕ ਬਲਦ ਜੁੱਤਾ ਹੋਊ, ਖੂਹ ਕਿਹਨੇ ਗੇੜਨਾ ਸੀ, ਬਲਦ ਨੇ, ਅਤੇ ਪਤਾ ਹੀ ਨਹੀਂ ਲੱਗਾ ਇਧਰੋਂ ਖੂਹ ਜੋੜਤਾ ਅਤੇ ਬਲਦ ਕਦੋਂ ਦਾ ਵਿੱਚੋਂ ਨਿਕਲ ਗਿਆ, ਕਿਹਨੂੰ ਕਿਹਨੂੰ ਪਤਾ ਲੱਗਾ, ਅਥਕੜਾ ਕਰੋ ਭਲਾ ਕਰੋ ਜੇ ਪਤਾ ਲੱਗਾ ਹੈ, ਤੇ ਨਹੀਂ ਤੇ ਫਿਰ ਇੱਕ ਵਾਰੀ ਹੋਰ ਲਾਉਣਾ, ਖੂਹ ਜੋ ਕੇ ਮਨ ਰੂਪੀ ਬਲਦ ਨੇ ਵਾਹਿਗੁਰੂ ਵਾਹਿਗੁਰੂ ਮਨ ਕਰਕੇ ਜਪਣਾ ਸੀ ਨਾ, ਤੇ ਉਹ ਪਤਾ ਨਹੀਂ ਕਦੋਂ ਦਾ ਵਿੱਚੋਂ ਪੰਜਾਲੀ ਦਿਓ ਦੀ ਨਿਕਲ ਵੀ ਗਿਆ, ਤੇ ਕੀ ਕਰਨ ਡਿਆ, ਚਾਰ ਬੇਲ ਗਏ ਉੱਠ ਬੈਲ ਗਏ ਚਾਰ ਬੇਲ, ਉਹ ਜੂੜੇ ਚੋਂ ਨਿਕਲ ਕੇ ਤੇ ਬਾਹਰ ਹਰੀਆਂ ਬੇਲਾਂ ਚੁਗਣ ਡਿਆ, ਜਾ ਕੇ ਪਤਾ ਨਹੀਂ ਕਿੱਥੇ ਕਿੱਥੇ ਗੱਲਾਂ ਕਰਨ ਡਿਆ, ਇੱਧਰ ਕਰੀ ਜਾਂਦਾ ਵਾਹਿਗੁਰੂ 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 ਵਾਹਿਗੁਰੂ, ਕੁਝ ਪਕੜ ਚ ਆ ਗਈ ਜੇ ਗੱਲ, ਬਲਦ ਵਿੱਚੋਂ ਨਿਕਲ ਕੇ ਜਾ ਕੇ ਗੱਲਾਂ ਕਰਨ ਡਿਆ ਨਾ ਕਿਤੇ, ਇੱਧਰ ਵਾਹਿਗੁਰੂ ਚੱਲਣ ਡਿਆ ਹੈ। ਫਿਰ ਤੁਸੀਂ ਦੱਸੋ ਮੇਰੀਆਂ ਬੱਚੀਆਂ ਵੀਰ ਗੁਰਸਿੱਖ, ਕੀ ਆਪਣਾ ਖੇਤ ਭਰਜੂ, ਬੋਲੋ ਨਾ, ਜਿਸ ਤਰ੍ਹਾਂ ਦਾ ਸੁੱਕਾ ਖੇਤ ਪਹਿਲੋਂ ਹੀ ਸੀ, ਉਸ ਤਰ੍ਹਾਂ ਦੇ ਸੁੱਕਾ ਖੇਤ ਸਵੇਰੇ ਉੱਠ ਕੇ ਆਖੋਗੇ ਬੱਲੇ ਬੱਲੇ ਮੈਂ ਤਾਂ ਸਾਰੀ ਰਾਤ ਖੂਹ ਜੋਇਆ, ਬਲਦੀ ਨਹੀਂ ਜੁੱਤਾ ਵਿੱਚ, ਬਲਦ ਜੁੱਪਿਆ ਹੀ ਨਹੀਂ ਵਿੱਚ, ਜੋ ਕੇ ਵੇਖੋ ਚਾਰੇ ਮਾਤਰਾ ਮਿਲਾਓ, ਵਾਹਿਗੁਰੂ 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 ਵਾ
ਗੁਰੂ ਵਾਹੇ ਗੁਰੂ ਵਾਹੇ ਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਵੇਖਿਓ ਜਦੋਂ ਤੁਸੀਂ ਚਾਰੇ ਮਾਤਰਾਂ ਬੁਲਾਉਂਦੇ ਬਲਦ ਨਹੀਂ ਭੱਜਦਾ ਕਿਉਂਕਿ ਜ਼ੋਰ ਲੱਗ ਰਿਹਾ ਨਹੀਂ ਪਤਾ ਲੱਗਾ। ਖੂਹ ਗੇਣ ਲਈ ਚਾਰੇ ਮਾਤਰਾਂ ਬੁਲਾਉਣ ਲਈ ਕੀ ਲੱਗ ਰਿਹਾ? ਜ਼ੋਰ ਲੱਗ ਰਿਹਾ ਤੇ ਜ਼ੋਰ ਲੱਗੂਗਾ ਬਲਦ ਦਾ ਤੇ ਥੱਲਿਓ ਕੁਝ ਨਾ ਕਿਤੇ ਪਾਣੀ ਨਿਕਲੂ, ਜਿਹੜਾ ਪਾਣੀ ਨਿਕਲੂਗਾ ਕਿਤੇ ਨਾ ਕਿਤੇ ਡਿੱਗੂ। ਫਿਰ ਭਰਨਾ ਕੀ ਆ? ਇੱਕ ਮਿੰਟ ਹੋਰ ਲੈਣਾ, ਭਰਨਾ ਕੀ ਆ? ਇਹ ਸਰੀਰ ਤੇ ਕਿਤੇ ਲਿਆ ਕੇ ਕੁਝ ਅੰਦਰੋਂ ਕੱਢਣਾ? ਡਰਾਈ ਕੀ ਆ? ਡਰਾਈ ਨੇ ਸਾਡੇ ਥਾਟ ਨਹੀਂ ਪਤਾ ਲੱਗਦਾ ਕੋਈ ਥਾਟ ਸਮ ਮੈਂ ਵੀ ਤੁਹਾਡੇ ਵਾਂਗੂ ਬੋਲਣ ਲੱਗ ਪੈਂਦਾ ਥਾਟ। ਵੈਸੇ ਵਿਚਾਰ ਕਹਿ ਜਿਹੜੇ ਸਾਡੇ ਵਿਚਾਰ ਨੇ ਉਹ ਬਹੁਤ ਡਰਾਈ ਨੇ। ਭੈਣ ਜੀ ਬੰਤੀ ਨੇ ਮੈਨੂੰ ਗੱਲ ਕੀਤੀ, ਮੈਨੂੰ ਅੱਗ ਲੱਗ ਗਈ, ਸੁੱਕੀ ਹੋਵੇਗੀ ਕਿੱਥੇ? ਨਹੀਂ ਪਤਾ ਲੱਗਾ। ਇਹ ਭੈਣ ਮੇਰੇ ਪਿੰਡ ਦੀ ਹੈ ਨਾ, ਇਹਨੂੰ ਤਾਂ ਕਰਕੇ ਪਤਾ ਲੱਗਿਆ, ਤੁਹਾਨੂੰ ਨਹੀਂ ਪਤਾ ਲੱਗਾ। ਬੰਤੀ ਨੇ ਮੈਨੂੰ ਗੱਲ ਕੀਤੀ, ਮੈਨੂੰ ਅੱਗ ਲੱਗ ਗਈ, ਬਾਲਣ ਸੁੱਕਾ ਹੋਊ ਤੇ ਲੱਗੀ ਨਾ। ਕਿਸੇ ਹਰੇ ਦਰਖਤ ਦੇ ਕੋਲ ਅੱਗ ਭਾਵੇਂ ਜਿੰਨੀ ਮਰਜ਼ੀ ਬਾਲ ਦੋ ਉਹਨੂੰ ਲੱਗਦੀ? ਇਸ ਤਰ੍ਹਾਂ ਸਾਧੂ ਦੇ ਕੋਲ ਜਿੰਨੇ ਮਰਜ਼ੀ ਉਹਨਾਂ ਕਬੋਲ ਬੋਲੀ ਜੋ, ਸਾਧੂ ਸ਼ਾਂਤ ਹੋ ਕੇ ਬੈਠਾ ਰਹਿੰਦਾ ਕਿਉਂਕਿ ਉੱਥੇ ਅੱਗ ਲੱਗਣ ਵਾਲੀ ਚੀਜ਼ ਹੀ ਕੋਈ ਨਹੀਂ। ਹਰਿਆ ਭਰਿਆ, ਹਰ ਕਾ ਨਾਮ ਤੇ ਆਏ ਕੇ ਹੋ ਹਰਿਆ ਭਾਈ, ਹਰਿਆ ਹੋ ਚੁੱਕਿਆ। ਅੰਦਰੋਂ ਕੱਢ ਕੇ ਅੰਮ੍ਰਿਤ ਜਲ ਤੇ ਆਪਣੇ ਥਾਟਾਂ ਵਿੱਚ ਲਿਆਉਣਾ ਹੈ। ਸਾਡੇ ਵਿਚਾਰ ਹਰੇ ਭਰੇ ਹੋਣ, ਸਾਡੀ ਸੋਚ ਹਰੀ ਭਰੀ ਹੋਵੇ। ਕੋਈ ਗੱਲ ਨਹੀਂ ਕਿਸੇ ਨੇ ਮਾੜਾ ਵੀ ਆਖ ਦਿੱਤਾ ਤੇ ਕੋਈ ਗੱਲ ਨਹੀਂ, ਫਿਰ ਕਿ ਨਿੰਦੋ ਨਿੰਦੋ ਲੋਕ ਮੋਗੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਵਿਕੁੰਠ ਜਾਈਏ, ਨਾਮ ਪਦਾਰਥ ਮਨੇ ਵਸਾਈਏ, ਰਿਹਦੇ ਸੁਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕਤ ਹੋਏ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰਤ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੁੱਬਾ ਹਮ ਉਤਰੇ ਪਾਰ। ਬੜਾ ਹਰਿਆ ਭਰਿਆ ਰਹਿੰਦਾ ਹੈ, ਲੱਖ ਵਾਰੇ ਜਿੰਨੀ ਮਰਜ਼ੀ ਕੋਈ ਨਿੰਦਾ ਕਰੇ। ਉਹਨੇ ਦੁੱਧ ਪਿਆਇਆ ਤੇ ਮੇਰੀ ਸਰਕਾਰ ਨੇ ਧੂ ਕੇ ਕਲੇਜੇ ਨਾਲ ਲਾ ਲਿਆ ਐਡੇ ਕੁ ਬੱਚੇ ਨੂੰ, ਤੇ ਪੁੱਛਦਾ ਹੈ ਇੱਕ ਗੱਲ ਮੈਂ ਤੈਨੂੰ ਪੁੱਛਣੀ ਆ, ਇਹ ਦੁੱਧ ਚੋਰੀ ਲਿਆਇਆ ਤੇ ਮਾਂ ਨੂੰ ਪੁੱਛ ਕੇ ਚੌਂਕੜਾ ਮਾਰ ਪੁੱਤ, ਚੌਂਕੜਾ ਮਾਰੋ। ਆ ਤੁਹਾਡੇ ਪਿੱਛੇ ਬੈਠੇ ਭੈਣ, ਅੱਖ ਤੇ ਲੱਗਦੀ ਸਤਸੰਗ ਚ ਤੇ ਇੱਕ ਮਿੰਟ ਚ ਲੱਗਦੀ, ਪਿਓ ਦੀ ਗੋਦ ਚ ਬਹੁਤ ਨੀਂਦ ਆਉਂਦੀ। ਪਿਓ ਦੀ ਜਿੱਥੇ ਗੈਰਾਂ ਦੀ ਗੋਦ ਵਿੱਚ ਬੈਠੇ ਹੋਈਏ ਨਾ, ਕੋਈ ਫਿਲਮ ਚੱਲ ਰਹੀ ਹੋਵੇ, ਕੋਈ ਫੇਸਬੁੱਕ ਚੱਲਦੀ ਹੋਵੇ, ਉੱਥੇ ਤੁਸੀਂ ਚਾਹੋ ਵੀ ਤੇ ਨੀਂਦ ਨਹੀਂ ਆਉਂਦੀ ਕਿਉਂਕਿ ਗੈਰ ਦੀ ਗੋਦ ਆ, ਇਹ ਪਿਓ ਦੀ ਗੋਦ ਆ। ਪਿਓ ਦੀ ਗੋਦ ਵਿੱਚ ਜੇ ਵੇਖੋਗੇ, ਬੈਠੋਗੇ, ਜਾਗੋਗੇ ਤੇ ਪਿਓ ਕੋਲੋਂ ਕੁਛ ਨਾ ਕੁਛ ਤੁਹਾਨੂੰ ਮਿਲੂਗਾ, ਉੱਥੋਂ ਮਿਲਣਾ ਕੁਛ ਨਹੀਂ। ਉੱਥੇ ਜਾਗਦੇ ਰਹਿੰਦੇ ਹੋ, ਜਿੱਥੇ ਜਾਗਿਆ ਬਹੁਤ ਕੁਝ ਮਿਲਣਾ ਹੈ, ਉੱਥੇ ਨੀਂਦ ਆਉਂਦੀ। ਆਖੋ ਵਾਹਿਗੁਰੂ, ਵਾਹਿਗੁਰੂ। ਸੁਣੋ ਹੁਣ ਧਿਆਨ, ਉਹਨੇ ਆਖਿਆ ਦੁੱਧ ਚੋਰੀ ਲਿਆਇਆ ਕਿ ਮਾਂ ਨੂੰ ਪੁੱਛ ਕੇ ਲਿਆਇਆ? ਤੇ ਛੋਟਾ ਜਿਹਾ ਪਚੰਗੀ ਕਹਿੰਦਾ, ਮਹਾਰਾਜ ਸੱਚ ਦੱਸਾਂ? ਤੇ ਸਾਹਿਬ ਕਹਿੰਦੇ ਜ਼ਰੂਰ ਸੱਚ ਹੀ ਬੋਲੀ। ਕਹਿੰਦਾ ਮਹਾਰਾਜ ਚੋਰੀ ਲਿਆਇਆ, ਜੇ ਮਾਂ ਤੋਂ ਚੋਰੀ ਲਿਆਇਆ ਦੁੱਧ। ਖਿੱਚ ਕੇ ਕਲੇਜੇ ਨਾਲ ਆ ਕੇ ਮੱਥਾ ਚੁੰਮ ਕੇ ਕਹਿੰਦਾ, ਪੁੱਤਰਾ ਸੱਚ ਸਭਨਾ ਹੋਏ ਦਾਰੂ। ਸੱਚ ਤੂੰ ਬੋਲਿਆ, ਸੱਚ ਤੇ ਮੈਂ ਸੱਚ ਵਾਲਿਆਂ ਦੇ ਕੁਰਬਾਨ ਜਾਣਾ। ਜਿਹੜੇ ਲੋਕੀ ਸੱਚ ਬੋਲਦੇ, ਸੱਚੇ ਕਰਦਾਰ ਦੇ ਮਾਲਕ ਹੁੰਦੇ। ਆ ਮੈਨੂੰ ਅੱਜ ਬੱਚੇ ਦੱਸਦੇ ਸੀ, ਸੁਣਿਓ ਧਿਆਨ ਨਾਲ ਗੁਰੂ ਕੇ ਸਿੱਖੋ, ਇੱਥੇ ਇੱਕ ਗਲੀ ਆ ਜਿਹੜੀ ਆਪਾਂ ਲੰਘ ਕੇ ਗੁਰਦੁਆਰੇ ਨੂੰ ਆਉਂਦੇ, ਨੀਲੇ ਰੰਗ ਦੇ ਫੁੱਲ ਖਿੜੇ, ਵੇਖ ਕੇ ਆਇਓ।
ਉਹਨਾਂ ਫੁੱਲਾਂ ਦੇ ਵਿੱਚੋਂ ਇਹ ਮੈਨੂੰ ਕਹਿੰਦੇ ਇਕੱਲੇ ਖਿੜੇ ਹੀ ਨਹੀਂ, ਉਹਨਾਂ 'ਚ ਖੁਸ਼ਬੂ ਵੀ ਆਉਂਦੀ। ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਉਹ ਤਾਂ ਜੜ ਨੇ, ਦਰਖਤ ਜਿਹੜਾ ਜੜ ਹੁੰਦਾ, ਇਹਦੇ 'ਚ ਚੇਤਨਤਾ ਨਹੀਂ ਹੁੰਦੀ। ਇਹਨੂੰ ਕੌਣ ਪਿਆਰ ਕਰ ਰਿਹਾ ਅਤੇ ਕੌਣ ਵੱਢ ਰਿਹਾ ਇਹਦੀਆਂ ਟਾਹਣੀਆਂ, ਇਹਨੂੰ ਕੁਛ ਨਹੀਂ ਪਤਾ। ਇਹਨੂੰ ਕਹਿੰਦੇ ਜੜ। ਅੱਖ ਵਾਹਿਗੁਰੂ, ਇੱਕ ਜੜ ਬੂਟਾ ਜਿਹੜਾ ਖੁਸ਼ਬੂ ਦੇ ਰਿਹਾ। ਅਸੀਂ ਚੇਤਨ ਬਿਰਤੀ ਵਾਲੇ ਲੋਕ, ਸਾਡੇ ਮੂੰਹ 'ਚੋਂ ਬਦਬੋ, ਸਾਡੇ ਸਰੀਰ 'ਚ ਬਦਬੋ, ਵੇਖੋ ਆਪਣੀ ਕਰਤੂਤ ਆਪਾਂ ਵੇਖੀਏ, ਜਿਹਨੂੰ ਬੜਾ ਚਾਤਰ ਬਣਿਆ ਫਿਰਦਾ। ਵਿਸ਼ਟਾ ਅਸਤ ਰਕਤ ਪਰੇਟੇ ਚਾਮ, ਆਹ ਤਿੰਨ ਚੀਜ਼ਾਂ ਜੇ ਸਰੀਰ ਦੇ ਵਿੱਚ, ਵਿਸ਼ਟਾ ਅਸਤ ਬਣੇ ਹੱਡੀਆਂ, ਰਕਤ ਖੂਨ ਅਤੇ ਮਿੱਝ, ਇਹਨਾਂ ਚੀਜ਼ਾਂ ਤਿੰਨਾਂ ਦੇ ਉੱਤੇ ਚੰਮ ਲਪੇਟਿਆ ਹੈ। ਅਤੇ ਮੇਰਾ ਬਾਬਾ ਕਰਦਾ, ਵਿਸ਼ਟਾ ਅਸਤ ਰਕਤ ਪਰੇਟੇ ਚਾਮ, ਇਹਨੂੰ ਉੱਪਰਲੇ ਰੱਖਿਓ ਗਮਾਨ, ਇਹਦੇ ਤੇ ਮਾਣ ਕਰਕੇ ਇਸ ਤਰ੍ਹਾਂ ਤੁਰਿਆ ਫਿਰਦਾ। ਤੈਨੂੰ ਨਹੀਂ ਪਤਾ ਤੇਰੇ ਇਸ ਪਲਾਸਟਿਕ ਦੇ ਪੋਲੀਥਿਨ ਦੇ ਵਿੱਚ ਪਿਆ ਕੀ ਹੈ। ਅਤੇ ਮੈਂ ਇਹਨਾਂ ਨੂੰ ਦੱਸਣ ਡਿਆ ਸਾਂ, ਧਿਆਨ ਨਾਲ ਸੁਣਿਓ, ਮੈਂ ਇਹਨਾਂ ਨੂੰ ਕਹਿੰਦਾ, ਵੇਖੋ ਜਿਹੜਾ ਜੜ ਆ ਉਹਨੇ ਖੁਸ਼ਬੂ ਦਿੱਤੀ, ਜਿਹੜੇ ਅਸੀਂ ਚੇਤਨ ਬਣੇ ਫਿਰਦੇ ਹਾਂ, ਵਨ ਸਵਨੇ ਸੂਟ ਬਦਲਦੇ ਹਾਂ, ਦਹੀਂ ਖਾਂਦੇ ਹਾਂ, ਫਰੂਟ ਖਾਂਦੇ ਹਾਂ, ਅਸੀਂ ਗੰਦ ਕੱਢਿਆ ਅੰਦਰੋਂ, ਬਦਬੋ ਨਿਕਲੀ ਸਾਡੇ ਅੰਦਰੋਂ, ਸਾਡੇ ਅੰਦਰੋਂ ਵੀ ਖੁਸ਼ਬੂ ਆ ਸਕਦੀ ਹੈ ਜੇ ਸਾਡਾ ਕਰਦਾਰ ਉੱਚਾ ਸੁੱਚਾ ਹੋਵੇ। ਤੇ ਕੀ ਜੀ, ਕਰਦਾਰ ਕਿਹਨੂੰ ਕਹਿੰਦੇ? ਕਰੈਕਟਰ ਨੂੰ। ਜੇ ਅਸੀਂ ਕਰੈਕਟਰ 'ਚ ਕਿਤੇ ਉੱਚੇ ਸੁੱਚੇ ਹੋਈਏ ਨਾ, ਤੇ ਸੱਚਮੁੱਚੀ ਬਾਬਾ ਦੀਪ ਸਿੰਘ ਕਦੋਂ ਦਾ ਹੋਇਆ ਹੈ, ਤੇ ਸ਼ਹੀਦ ਵੀ ਹੋ ਗਿਆ, ਜੰਗਾਂ ਵੀ ਲੜ ਗਿਆ, ਤਾਰੂ ਸਿੰਘ ਕਦੋਂ ਦਾ ਹੋਇਆ ਹੈ, ਆਪਣੀ ਖੋਪਰੀ ਵੀ ਲਵਾ ਗਿਆ, ਮਤੀ ਦਾਸ ਸਭ ਕਦੋਂ ਦੇ ਹੋਏ ਨੇ, ਆਪ ਆਰੇ ਨਾਲ ਵੀ ਚਰਵਾਏ ਗਏ ਨੇ, ਮਗਰ ਖੁਸ਼ਬੂ ਉਹਨਾਂ ਦੀ ਅੱਜ ਵੀ ਆ ਰਹੀ। ਕਰਤਾਰ ਖੁਸ਼ੀ ਨਹੀਂ ਕੀਤੀ, ਅਸੀਂ ਲੋਕਾਂ ਨੇ ਆਪਣੀ ਕਰਤਾਰ ਖੁਸ਼ੀ ਕਰ ਲਈ, ਸਾਨੂੰ ਪਰਵਾਹ ਹੀ ਨਹੀਂ ਰਹੀ ਕਰਦਾਰ ਹੁੰਦਾ ਕੀ ਆ, ਕਰੈਕਟਰ ਹੁੰਦਾ ਕੀ। ਉਹਨੇ ਆਖਿਆ, ਪੁੱਤ ਤੂੰ ਸੱਚ ਬੋਲਿਆ, ਤੇ ਆ ਮੇਰੇ ਕਲੇਜੇ ਨਾਲ ਲੱਗ, ਕਲੇਜੇ ਨਾਲ ਲਾ ਕੇ। ਤੇ ਜਗਤ ਗੁਰੂ ਨਾਨਕ ਸਾਹਿਬ ਨੇ ਉਹ ਜਿਹੜਾ ਛੋਟਾ ਪਚੰਗੀ, ਉਹਦਾ ਨਾਮ ਬਾਬਾ ਬੁੱਢਾ ਸਾਹਿਬ ਆ, ਅੱਖ ਵਾਹਿਗੁਰੂ, ਕਲੇਜੇ ਨਾਲ ਲਾ ਕੇ ਆਖਿਆ, ਮੈਂ ਤੈਨੂੰ ਕੀ ਦਾਂ, ਮੈਂ ਖੁਸ਼ ਬੜਾ, ਸੱਚ ਬੋਲਣ ਵਾਲਿਆਂ ਤੇ ਮੈਂ ਬਹੁਤ ਖੁਸ਼ ਹੁੰਦਾ। ਕੀ ਆਖਿਆ ਬੋਲੋ ਭਲਾ, ਕਰ ਦੋਗੇ ਸ਼ੁਰੂ ਘਰਾਂ ਚ? ਜਿੱਦਣ ਤੁਸੀਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ, ਇਹ ਜੱਗ ਸੱਚੇ ਕੀ ਹੈ, ਤੁਹਾਨੂੰ ਰੱਬ ਦੀ ਕੋਠੜੀ ਚ ਵਾਸਾ ਮਿਲਜੂ। ਪਤਾ ਲੱਗਾ ਜਿਹੜੀ ਰੱਬ ਦੀ ਕੋਠੜੀ ਹੈ ਨਾ, ਇਹ ਜੱਗ ਇਹ ਸੱਚੇ ਦੀ ਕੋਠੜੀ ਹੈ, ਤੇ ਝੂਠੇ ਨੂੰ ਥੋੜਾ ਬਹਿਣ ਦੂਗਾ। ਇਹਨਾਂ ਗੱਲਾਂ ਨੂੰ ਨੋਟ ਕਰਿਆ ਕਰੋ, ਇੱਕ ਇੱਕ ਬਾਣੀ ਦੇ ਵਿੱਚੋਂ ਮੋਤੀ ਲੱਭਿਆ ਕਰੋ। ਜੇ ਘਰ ਸੱਚੇ ਦਾ ਸੱਚ ਕਹੋ, ਬੋਲੋ ਹੌਲੀ ਬੋਲਦੇ ਹੋ, ਸੱਚ ਕਹੋ, ਸੱਚੇ ਘਰ ਰਹਿਣਾ, ਜੇ ਸੱਚੇ ਘਰ 'ਚ ਰਹਿਣਾ ਤੇ ਬੋਲਿਆ ਕੀ ਕਰ, ਸੱਚ ਬੋਲਿਆ ਕਰ। ਚਾਹੁੰਦਾ ਮੈਨੂੰ ਰੱਬ ਆਪਣੇ ਘਰ ਰੱਖ ਲਿਆ, ਰੱਬ ਝੂਠੇ ਨੂੰ ਕਿਸ ਤਰ੍ਹਾਂ ਰੱਖ ਲਿਆ ਬਈ? ਗੱਲ ਨਾਲ ਲਾ ਕੇ ਆਖਿਆ, ਮੈਂ ਤੈਨੂੰ ਕੁਝ ਦੇਣਾ ਚਾਹੁੰਦਾ, ਪੁੱਤ ਮੰਗ, ਏਡੇ ਕੁ ਨੂੰ ਕਹਿੰਦੇ। ਤੇ ਬਾਬਾ ਬੁੱਢਾ ਸਾਹਿਬ ਉਦੋਂ ਨਾਮ ਨਹੀਂ ਸੀ ਅਜੇ ਰੱਖਿਆ, ਅੱਖ ਵਾਹਿਗੁਰੂ, ਕਿੰਨੀ ਚੇਤਨਤਾ ਜਾਗਦੀ ਹੋਊ, ਦਰਸ਼ਨ ਗੁਰੂ ਦੇ ਕੀਤੇ ਤੇ ਕਿੰਨਾ ਬਲ ਮਿਲ ਗਿਆ ਉਂਗਲ ਕਰਕੇ, ਐਡਾ ਪਚੰਗੀ ਕਹਿੰਦਾ ਜਗਤ ਗੁਰੂ ਨਾਨਕ ਸਾਹਿਬ ਵੱਲ ਉਂਗਲ ਕਰਕੇ ਕਹਿੰਦਾ, ਇੱਕ ਚੀਜ਼ ਪਤਾ ਨਹੀਂ ਹੁਣ ਤੁਸੀਂ ਤੇ ਮੈਂ ਤੇ ਇੱਕ ਚ ਮੰਗ ਹੀ ਨਹੀਂ ਸਕਦੇ, ਅੱਖ ਵਾਹਿਗੁਰੂ, ਇੱਕ ਚੀਜ਼,
ਇੱਕ ਚੀਜ ਮੁਝੇ ਦੇ, ਬਾਣੀ ਆਉਂਦੀ ਕਿ ਨਹੀਂ ਬੋਲੋ ਨਾ, ਇੱਕ ਚੀਜ, ਬੜੇ ਹੌਲੀ ਬੋਲੇ ਹੋ, ਫਿਰ ਤੇ ਠੰਡਾ ਪੈ ਗਿਆ ਕੰਮ। ਇੱਕ ਚੀਜ ਮੁਝੇ, ਤੇ ਜਦੋਂ ਆਖਿਆ ਨਾ ਇੱਕ ਚੀਜ ਮੁਝੇ ਦੇ, ਤੇ ਉਧਰੋਂ ਜਗਤ ਦੇ ਮਾਲਕ ਨੇ ਉਹਨੇ ਐਂ ਕੀਤਾ ਸੀ ਵੀ ਦਿਓ ਮੈਨੂੰ, ਇਹਨੇ ਐਂ ਉਂਗਲ ਕੀਤੀ, ਦਿੱਤਾ ਤੈਨੂੰ। ਤੇ ਪਚੰਗੀ ਛੋਟਾ ਜਿਹਾ ਬਾਬਾ ਬੁੱਢਾ ਸਾਹਿਬ ਕਹਿੰਦਾ, ਮਹਾਰਾਜ ਮੈਂ ਤੇ ਇੱਕ ਤਾਂ ਇਤਰਾ ਕੀਤਾ ਵੀ ਇੱਕ ਚੀਜ਼ ਦੇ ਦਿਓ, ਤੁਸੀਂ ਇਤਰਾ ਉਂਗਲ ਕਰਕੇ ਕੀ ਦਿੱਤਾ ਹੈ ਮੈਨੂੰ, ਸੁਣਿਓ ਕੀ ਦਿੱਤਾ ਹੈ ਮੈਨੂੰ, ਕੋਈ ਪੁੱਤ ਧੀ ਪਰਿਵਾਰ ਸਰਦਾਰੀ। ਤੇ ਮੇਰਾ ਜਗਤ ਦਾ ਮਾਲਕ ਹੱਸਿਆ ਗੁਰੂ ਨਾਨਕ ਖਿੜਖਿੜਾ ਕੇ, ਕਹਿੰਦਾ ਪੁੱਤਰਾ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਤੂੰ ਨਾਂ ਲਿਆ ਹੈ ਤੇ ਨਾਸਵੰਤ ਨੇ ਸਾਰੀਆਂ, ਫਿਰ ਮਹਾਰਾਜ ਕੀ ਦਿੱਤਾ ਜੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤੈਨੂੰ ਅੰਮ੍ਰਿਤ ਵੇਲਾ ਦਿੱਤਾ। ਵਾਹਿਗੁਰੂ 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 ਧੁਨੀ ਤੱਕ ਗੁਰੂ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਦੱਸੋਗੇ ਕੀ ਦਿੱਤਾ ਮੈਂ ਤੈਨੂੰ, ਤੁਸੀਂ ਲੈਣਾ। ਭਾਗਾਂ ਵਾਲੀਆਂ ਉਰੂਆਂ ਨੇ ਜਿਹੜੀਆਂ ਅੰਮ੍ਰਿਤ ਵੇਲੇ ਉੱਠਦੀਆਂ, ਤੇਰੇ ਕਿੱਡੀ ਬੱਚੀ ਮੇਰੇ ਨਾਲ ਸਫ਼ਰ ਕੀਤਾ ਕੈਲੀਫੋਰਨੀਆ ਦੇ ਵਿੱਚ, ਆਖੋ ਵਾਹਿਗੁਰੂ, ਤੇਰੇ ਵਾਂਗੂ ਦਮਾਲਾ ਸਜਾਇਆ ਸੀ। ਸਵੇਰ ਦੇ 2 ਵਜੇ ਬਹਿੰਦੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ 7 ਵਜੇ ਉੱਠਦੀ, 2 ਵਜੇ ਕੇਸੀ ਇਸ਼ਨਾਨ ਕਰਦੀ, ਸਾਡੇ ਵਾਂਗੂ ਨਹੀਂ ਬਹਿੰਦੀ, ਪਹਿਲੋਂ ਦਮਾਲਾ ਸਜਾਉਂਦੀ, ਫਿਰ ਸਿਰ ਦੇ ਉੱਤੇ ਇੱਥੇ ਖੰਡਾ ਲਾਉਂਦੀ, ਕਮਰ ਕੱਸਾ ਕਰਦੀ, ਹੱਥ ਵਿੱਚ ਵੱਡਾ ਤੇਗਾ ਫੜਦੀ, ਜਾ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪਹਿਲੋਂ ਪ੍ਰਕਾਸ਼ ਕਰਦੀ, ਫਿਰ ਬਹਿ ਜਾਂਦੀ ਮਾਰ ਕੇ ਚੌਂਕੜਾ। ਸਵੇਰੇ 2 ਵਜੇ ਤੋਂ ਸਵੇਰ ਦੇ 7 ਵਜੇ ਤੱਕ ਅਭਿਆਸ ਕਰਦੀ ਵਾਹਿਗੁਰੂ ਦਾ। ਉਹ ਵੀ ਧੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੁਸੀਂ ਵੀ ਧੀਆਂ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ, ਇੱਕ ਦੂ ਇੱਕ ਚੜ੍ਹਨ ਦੀਆਂ, ਇਸ ਸ੍ਰਿਸ਼ਟੀ ਦੇ ਉੱਤੇ ਇੱਕ ਤੋਂ ਇੱਕ ਚੜ੍ਹਦੀਆਂ ਰੂਹਾਂ ਬੈਠੀਆਂ। ਸੁਣਿਓ ਧਿਆਨ, ਆਖੋ ਵਾਹਿਗੁਰੂ। ਮੈਨੂੰ ਕਹਿੰਦੀ ਚਲੋ ਖਾਲਸਾ ਜੀ ਮੈਂ ਤੁਹਾਨੂੰ ਨਾਲ, ਪਤੀ ਪਿੱਛੇ ਬੈਠਾ ਸੀ, ਮੈਂ ਪਿਛਲੀ ਸੀਟ 'ਤੇ, ਉਹ 2 ਜਣੇ ਅੱਗੇ ਸੀ, ਝੀਲ 'ਤੇ ਘੁਮਾ ਕੇ ਲਿਆਈਏ। ਰਸਤੇ ਦੇ ਵਿੱਚ ਬੜੇ ਆਹ ਤੇ ਬਨੋਟੀ ਫੁੱਲ ਨੇ ਨਾ ਵਿਚਾਰੇ ਰੱਖੇ, ਬਨੋਟੀ ਨੇ ਨਾ, ਕੁਦਰਤ ਦੇ ਖਿੜੇ ਗੁਲਾਬ ਦੇ ਫੁੱਲ ਬੜੇ ਨੇ। ਕੈਲੀਫੋਰਨੀਆ ਕਦੀ ਆਓਗੇ ਨਾ, ਵੇਖੋ ਸੜਕਾਂ ਦੀਆਂ ਸੜਕਾਂ ਭਰੀਆਂ ਪਈਆਂ ਐੜੇ ਐੜੇ ਫੁੱਲਾਂ ਦੇ ਗੁਲਦਸਤੇ, ਵੈਸੇ ਖਿੜੇ ਪਏ, ਧਰਤੀ ਇੰਨਾ ਮੰਨਦੀ। ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਬੜੇ ਸੋਹਣੇ ਫੁੱਲ ਖਿੜੇ ਆ ਪੁੱਤ ਤੁਹਾਡੇ ਕੈਲੀਫੋਰਨੀਆ ਵਿੱਚ, ਵੇਖਿਓ ਪੁੱਤ, ਮੈਨੂੰ ਡਰ ਆ
ਵੀ ਤੁਸੀਂ ਸੁਰਤ ਵਿੱਚੋਂ ਕਿਤੇ ਭੱਜੋ, ਮੇਰੀ ਹੱਥ ਜੋੜ ਕੇ ਬੇਨਤੀ ਮੰਨਿਓ, ਜਿੱਥੇ ਬੈਠੇ ਉੱਥੇ ਬੈਠੇ ਹੋਇਓ, ਥਿਰ ਕਰ ਬੈਸੋ, ਥਿਰ ਟਿਕ ਕੇ ਹਰਜਨ ਪਿਆਰੇ, ਫਿਰ ਸਤਿਗੁਰ ਤੁਮਰੇ ਭੱਜਿਓ ਨਾ, ਮਨ ਰੇ ਥਿਰ ਰਹੋ, ਮਨ ਰੇ ਥਿਰ ਰਹੋ, ਮਤ ਕੱਤ ਜਾਈ ਜੀਓ, ਮਤ ਕੱਤ ਜਾਈ, ਮਤਾਂ ਕਿਤੇ ਸਰੀਰ ਵਿੱਚੋਂ ਭੱਜ ਕੇ ਬਾਹਰ ਚੱਲ ਜਾਏ। ਅੰਮ੍ਰਿਤ ਵੰਡਣ ਲੱਗਾ ਰੱਬ, ਬੋਲ ਦੇ ਵਿੱਚ ਅੰਮ੍ਰਿਤ ਹੈ, ਸਾਖੀ ਵਿੱਚ ਅੰਮ੍ਰਿਤ ਆ। ਹੋ ਸਕਦਾ ਤੁਹਾਡੇ ਚੋਂ ਕਈਆਂ ਮੇਰੀਆਂ ਧੀਆਂ ਨੂੰ ਰਾਹ ਮਿਲ ਜਾਏ ਉਸ ਕੁੜੀ ਦੇ ਵਚਨ ਤੋਂ। ਆਖੋ ਵਾਹਿਗੁਰੂ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਰਾਜ ਪੁੱਤਰ ਫੁੱਲ ਬੜੇ ਖਿੜੇ ਨੇ ਤੁਹਾਡੇ ਤੇ, ਸਾਡੇ ਇੰਡੀਆ ਵਿੱਚ ਤੇ ਜਨਵਰੀ ਫਰਵਰੀ ਚ ਖਿੜਦੇ ਨੇ, ਦਸੰਬਰ ਚ ਖਿੜਦੇ ਗੁਲਾਬ ਦੇ ਫੁੱਲ, ਇੱਥੇ ਗਰਮੀ ਚ ਖਿੜੇ ਨੇ। ਆਖੋ ਵਾਹਿਗੁਰੂ। ਕਹਿੰਦੇ ਇਹ ਧਰਤੀ ਬਹੁਤ ਮੰਨਦੀ ਆ ਫੁੱਲਾਂ ਨੂੰ ਭਾਈ ਸਾਹਿਬ ਜੀ, ਇੱਥੇ 12 ਮਹੀਨੇ ਖਿੜੇ ਰਹਿੰਦੇ ਤੇ ਸਟੇਰਿੰਗ ਤੇ ਹੱਥ ਫੇਰਦੀ ਫੇਰਦੀ ਨੇ ਨੀਲੀਆਂ ਅੱਖਾਂ। ਤੁਹਾਨੂੰ ਪਤਾ ਨੀਲੀਆਂ ਅੱਖਾਂ ਕਿਹਦੀਆਂ ਹੁੰਦੀਆਂ? ਜਿਹਦੀ ਬਿਰਤੀ ਵਿਆਪਕ ਹੋ ਗਈ ਹੋਵੇ। ਨੀਲਾ ਅਸਮਾਨ ਆ, ਵਿਆਪਕ ਆ। ਸਮੁੰਦਰ ਦਾ ਪਾਣੀ ਨੀਲਾ ਨਹੀਂ, ਮਗਰ ਦੂਰ ਤੱਕ ਦਿਸਣ ਕਰਕੇ ਉਹਦੀ ਵੀ ਭਾਅ ਕਿਸ ਤਰ੍ਹਾਂ ਦੀ ਵੱਜਦੀ? ਨੀਲੀ ਵੱਜ। ਪਕੜ ਰਹੇ ਹੋ ਨਾ? ਜਿਹੜੀ ਚੀਜ਼ ਦੂਰ ਅੰਦੇਸ਼ ਹੋ ਜਾਏ ਉਹਦੀਆਂ ਅੱਖਾਂ ਦਾ ਰੰਗ ਵੀ ਬੋਲੋ ਨੀਲਾ ਹੋ ਜਾਂਦਾ, ਭਾਅ ਵੱਜਣੀ ਸ਼ੁਰੂ ਹੋ ਜਾਂਦੀ ਨੀਲੀ। ਤੇ ਉਹਦੀਆਂ ਮੈਂ ਸ਼ੀਸ਼ੇ ਚ ਅੱਖਾਂ ਵੇਖੀਆਂ ਕੁੜੀ ਦੀਆਂ, ਗੱਲਾਂ ਕਰਨੀਆਂ ਸਟੇਰਿੰਗ ਫੇਰਦੀ ਦੀਆਂ ਨੀਲੀਆਂ ਅੱਖਾਂ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਪੁੱਤ ਹਰ ਰੁੱਤ ਵਿੱਚ ਹੀ ਖਿੜਦੇ? ਕਹਿੰਦੀ ਹਾਂ, ਇੱਕ ਗਰਮੀ ਚ ਖਿੜਦਾ, ਇੱਕ ਸਰਦੀ ਚ ਖਿੜਦਾ। ਤੇ ਗੱਲਾਂ ਕਰਦੀ ਕਰਦੀ ਗੱਡੀ ਚਲਾਉਂਦੀ ਨੇ ਮੈਨੂੰ ਕਿਹਾ, ਖਾਲਸਾ ਜੀ ਇੱਕ ਫੁੱਲ ਉਹ ਆ ਜਿਹੜਾ ਰੁੱਤ ਦਾ ਮੁਹਤਾਜ ਨਹੀਂ। ਕੋਈ ਪਕੜਿਓ, ਇੱਕ ਫੁੱਲ ਉਹ ਆ ਜਿਹੜਾ ਰੁੱਤ ਦਾ ਮੁਹਤਾਜ ਨਹੀਂ, ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ, ਉਹਨੂੰ ਰੁੱਤ ਦੀ ਕੋਈ ਪਰਵਾਹ ਨਹੀਂ। ਮੈਂ ਕਿਹਾ ਕਿੱਥੇ ਖਿੜਦਾ ਏ, ਕਿਹੜੇ ਦੇਸ਼ ਚ ਖਿੜਦਾ ਏ? ਕਹਿੰਦੀ ਮਸਤਕ ਤੇ। ਨਹੀਂ ਪਤਾ ਲੱਗਾ ਕਿੱਥੇ? ਮਸਤਕ ਤੇ। ਰੋਜ਼ ਪੜ੍ਹਦੇ ਹੋ, ਤੁਹਾਨੂੰ ਚੇਤਾ ਨਹੀਂ, ਕਿਉਂਕਿ ਤੁਸੀਂ ਅਰਸਨ ਇਹਨਾਂ ਨਾਲ ਪੜ੍ਹਦੇ। ਪ੍ਰਭ ਕਹਿ ਸਿਮਰਨ ਕਮਲ ਵਿਗਾਸਨ, ਨਹੀਂ ਪਤਾ ਲੱਗ ਰਿਹਾ? ਪ੍ਰਭ ਕਹਿ ਸਿਮਰਨ, ਪਰਮੇਸ਼ਵਰ ਦਾ ਸਿਮਰਨ ਕਰਕੇ ਇੱਥੇ ਮੱਥੇ ਤੇ ਕਮਲ ਦਾ ਫੁੱਲ ਵਿਗਾਸਨ ਹੁੰਦਾ, ਖਿੜ ਜਾਣਾ। ਕਿਤੇ ਨਾਮ ਜਪਣ ਵਾਲਿਆਂ ਦੇ ਚਿਹਰੇ ਤੇ ਹੁਣ ਲੱਭਦੇ ਨਹੀਂ ਕਰੀਏ ਕੀ? ਨਹੀਂ ਪਤਾ ਲੱਗ ਰਿਹਾ। ਜਿਹੜੇ ਅਸਲੀ ਨਾਮ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਨੇ ਨਾ, ਉਹ ਤੇ ਕਿਤੇ ਲੱਭਦੇ ਹੀ ਨਹੀਂ ਹੁਣ। ਉਹ ਕਹਿੰਦੀ ਭਾਈ ਸਾਹਿਬ ਜੀ ਉਹ ਫੁੱਲ ਖੜਦਾ ਏ ਮਸਤਕ ਤੇ। ਮੈਂ ਕਿਹਾ ਰੁੱਤ ਕਿਹੜੀ ਆ ਉਹਦੀ ਖਿੜਨ ਦੀ? ਕਹਿੰਦੀ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਖਿੜਦਾ ਏ। ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠ ਕੇ ਮਾਰ ਕੇ ਚੌਂਕੜਾ ਵਾਹਿਗੁਰੂ 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 ਜੁੜੋ ਜੁੜੋ ਵਾਹਿਗੁਰੂ 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 ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ। ਕੀ ਦਿੱਤਾ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੇ? ਅੰਮ੍ਰਿਤ ਵੇਲਾ ਆ ਸਾਂਭ ਕੇ ਰੱਖੀ। ਜਿੱਦਣ ਦਿੱਤਾ ਹੈ ਉਦਣ ਏਡੀ ਉਮਰ। ਅੱਜ ਬਾਬਾ ਬੁੱਢਾ ਸਾਹਿਬ ਜੀ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਨੂੰ ਮਿਲੇ ਹਰਿਮੰਦਰ ਦੇ ਵਿੱਚ। ਸੁਣਿਓ, ਧਿਆਨ ਨਾਲ ਸੁਣ ਰਹੇ ਹੋ ਨਾ, ਟਿਕਿਓ। ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੁਰੇ ਆਉਣ। ਵੱਡੀ ਉਮਰ ਆ, 110 ਜਾਂ 12-14 ਸਾਲ ਦੇ ਕੋਲ ਇਤਿਹਾਸ ਚ ਹੋ, ਏਡੀ ਵਡੇਰੀ ਉਮਰ, ਮਗਰ ਤੋਰ ਕਿਆ ਤੋਰ ਸੀ! ਅੰਮ੍ਰਿਤ ਵੇਲੇ ਵਾਲੇ ਦੀ ਤੋਰ ਕਿਤੇ! ਉਹਨਾਂ ਦੀ ਚਾਲ ਵੇਖਿਓ, ਕਿਉਂਕਿ ਪੈਰਾਂ ਵਿੱਚ ਵਕਾਰਾਂ ਦਾ ਭਾਰ ਨਹੀਂ, ਸਿਰ ਤੇ ਵਕਾਰਾਂ ਦੇ ਪੱਥਰ ਨਹੀਂ। ਹੌਲਾ ਫੁੱਲ ਬਾਬਾ ਬੁੱਢਾ ਸਾਹਿਬ, ਚਿੱਟਾ ਗਦ ਗਦ ਕਰਦਾ ਦਾੜਾ, ਚਿੱਟਾ ਦਮਾਲਾ, ਨੂਰੋ ਨੂਰ ਚਿਹਰਾ, ਅੱਗੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਤਾਬਿਆਂ ਤੋਂ ਉੱਠ ਕੇ ਆ ਰਹੇ। ਸੁਣ ਰਹੇ ਹੋ? ਮਿਲੇ ਤੇ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ, ਬਾਬਾ ਇਹ ਕਲਯੁਗ ਦੀ ਅੱਗ ਨੇ ਤੇ ਸਾਰੀ ਦੁਨੀਆਂ ਸਾੜਤੀ ਆ। ਕੌਣ ਕਹਿੰਦੇ? ਗੁਰੂ ਅਰਜਨ ਦੇਵ ਸਾਹਿਬ ਬਾਬਾ ਬੁੱਢਾ ਸਾਹਿਬ ਨੂੰ। ਆ ਬੰਦ ਕਰ ਪਈ, ਕਿਹਦਾ ਫੋਨ ਆ? ਅੱਖ ਵਾਹਿਗੁਰੂ। ਕਲਯੁਗ ਦੀ ਅੱਗ ਨੇ ਦਾਵਾ ਅਗਨ ਬਹੁਤ ਤਿਰਨ ਜਾਲੇ, ਦਾਵਾ ਅਗਨ ਬਹੁਤ ਤਿਰਨ। ਚਾਰ ਤਰ੍ਹਾਂ ਦੀ ਅੱਗ ਹੁੰਦੀ, ਆਖੋ ਵਾਹਿਗੁਰੂ। ਇੱਕ ਅੱਗ ਆ ਜਿਹੜੀ ਮਾਂ ਦੇ ਪੇਟ ਵਿੱਚ ਲੱਗਦੀ, ਇੱਕ ਅੱਗ ਆ ਜਿਹੜੀ ਸਮੁੰਦਰ ਨੂੰ ਲੱਗਦੀ, ਇੱਕ ਅੱਗ ਆ ਜਿਹਨੂੰ ਈਰਖਾ ਦੀ ਅੱਗ ਕਹਿੰਦੇ, ਸਾਰੀ ਦੁਨੀਆਂ ਨੂੰ ਲੱਗੀ, ਪਤਾ ਲੱਗ ਰਿਹਾ? ਤੇ ਇੱਕ ਅੱਗ ਆ ਜਿਹਨੂੰ ਕਹਿੰਦੇ ਦਾਵਾ ਅੱਗ ਨਹੀਂ, ਆ ਤੁਹਾਡੇ ਜੰਗਲ ਵਿੱਚ ਅੱਜ ਲੱਗੀ ਸੀ, ਅਸੀਂ ਵੇਖ ਕੇ ਆਏ, ਜੰਗਲਾਂ ਦੇ ਜੰਗਲ ਸਾੜ ਕੇ ਰੱਖ ਦਿੰਦੇ, ਉਹਨੂੰ ਕਹਿੰਦੇ ਦਾਵਾ ਅੱਗ ਨਹੀਂ। ਕੀ ਜੀ? ਇੱਕ ਵਾਰ ਤੁਕ ਬੋਲੋ, ਦਾਵਾ ਅਗਨ ਬਹੁਤ ਤਿਰਨ ਜਾਲੇ, ਕੋਈ ਹਰਿਓ ਬੂਟ ਰਿਓ ਰੀ, ਜਦੋਂ ਜੰਗਲ ਨੂੰ ਅੱਗ ਲੱਗ ਜੇ, ਕੋਈ ਬੂਟਾ ਭਾਗਾਂ ਵਾਲਾ ਹੀ ਆ ਨਾ ਜਿਹੜਾ ਬਚੇ। ਤੇ ਬਾਬਾ ਜੀ ਜਦੋਂ ਸਾਰਿਆਂ ਨੂੰ ਲੱਗ ਗਈ, ਸਾਰੇ ਹੀ ਸੜ ਗਏ, ਤੇ ਤੁਸੀਂ ਇੰਨਾ ਨੂਰੋ ਨੂਰ ਚਿਹਰਾ ਲੈ ਕੇ ਆ ਰਹੇ ਹੋ, ਤੁਹਾਨੂੰ ਨੀ ਕੋਈ ਅੱਗ ਲੱਗੀ, ਕਿਸ ਤਰ੍ਹਾਂ ਬਚ ਗਏ ਹੋ? ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੂੰ ਬਾਬਾ ਜੀ ਨੇ ਜਵਾਬ ਦਿੱਤਾ। ਸੁਣਿਓ ਗੁਰੂ ਕੇ ਸਿੱਖੋ, ਮਹਾਰਾਜ ਉਦਣ ਉਮਰ ਮੇਰੀ ਛੋਟੀ ਸੀ, ਅੱਜ ਸਰੀਰ ਕਰਕੇ ਉਮਰ ਮੇਰੀ ਵੱਡੀ ਹੈ, ਤੁਸੀਂ ਉਹ ਪੰਜਵੇਂ ਜਾਮੇ ਵਿੱਚ ਤੇ ਉਹੋ ਹੀ ਉਹ ਜਿੰਨਾ ਦਵਾਈ ਦਿੱਤੀ ਸੀ, ਨਹੀਂ ਪਤਾ ਲੱਗਾ, ਪੰਜਵੇਂ ਸਰੀਰ ਚ ਬੈਠੇ ਤੇ ਉਹੋ ਹੀ ਉਹ ਜਿੰਨਾ ਨੇ ਕਲਯੁਗ ਤੋਂ ਬਚਣ ਦੀ ਦਵਾਈ ਦਿੱਤੀ ਸੀ। ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਪਚੰਗੀਆਂ ਨੇ ਸ਼ਬਦ ਪੜਿਆ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ, ਕੇ ਕਰਮ ਕਮਾਇਆ ਤੋ ਸਰੀਰਾ, ਜਾ ਤੂੰ ਜਗ ਮੈਂ ਆਇਆ, ਉਹ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਇਤਨਾ ਆਪਣੇ ਆਪ ਨਾ ਪੜਿਆ ਕਰੇ ਨਾ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਇਹੋ ਨੀ ਪੜਨਾ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ। ਹਾ ਹਾ ਉੱਥੇ ਮੁਕਤਾ ਹੈ, ਜਿਹੜਾ ਉਂਕੜੇ ਨਾ ਉਹ ਮੁਕਤਾ ਹੈ। ਕੀ ਪੜਨਾ? ਕਹਿ ਨਾਨਕ ਇਹ ਸਰੀਰ, ਇਹ ਆਪਣੇ ਸਰੀਰ ਨੂੰ ਹੱਥ ਲਾ ਕੇ, ਕਿਹੜਾ ਸਰੀਰ ਪ੍ਰਵਾਨ ਹੋਇਆ? ਜਿਹਨੇ ਸਤਿਗੁਰ ਸਿਉਂ, ਜਿਹਨੇ ਸਤਿਗੁਰੂ ਨਾਲ ਚਿੱਤ ਜੋੜਿਆ,
ਇਹੋ ਕਹੋਗੇ ਤੇ ਪਾਠ ਨਹੀਂ ਬਣਨਾ ਵੀ ਇਕੱਲਾ ਇਹੋ ਹੀ ਪ੍ਰਵਾਨ ਹੋਇਆ। ਇਹਦਾ ਮਤਲਬ ਬਹੁ ਅੱਚ ਗਿਆ ਵੀ ਜਿਹੜਾ ਜਿਹੜਾ ਸਰੀਰ ਸਤਿਗੁਰੂ ਨਾਲ ਚਿੱਤ ਜੁੜੂਗਾ ਉਹ ਕੀ ਹੋਜੂ? ਪ੍ਰਵਾਨ ਹੋਜੂ। ਆਓ ਅੱਜ ਦੇ ਸ਼ਬਦ ਨੂੰ ਵਿਚਾਰੀਏ, ਜਰਾ ਉੱਤੇ ਆਓ, ਉੱਤੇ ਆ ਗਏ ਸ਼ਬਦ ਲਿਆਓ। ਜੈਸੇ ਜਲ ਤੇ ਬੁੱਧ ਬੁਧਾ, ਬੋਲੋ ਜੈਸੇ ਜਲ ਤੇ ਬੁੱਧ ਬੁਧਾ। ਬੁੱਧ ਬੁਧਾ ਮੀਨਜ ਬੁਲਬੁਲਾ, ਬੁਲਬੁਲਾ, ਬੁਲਬੁਲਾ ਕੀ ਕਹਿੰਦੇ ਹੋ ਤੁਸੀਂ? ਹੈਂ, ਇੱਥੇ ਕਹਿੰਦੇ ਹੋ ਗਏ ਬਬਲਸ, ਉੱਥੇ ਦੀ ਬੋਲਣਾ ਜਿੱਥੋਂ ਆਇਆ ਹੈ ਬੁਲਬੁਲਾ। ਜਲ ਦੇ ਉੱਤੇ ਬੁਲਬੁਲਾ ਬਣਦਾ ਹੈ, ਉਹਦੇ ਵਿੱਚ ਕੀ ਭਰਦੀ? ਐਸ ਬੁਲਬੁਲੇ ਚ ਕੀ ਭਰੀ? ਵੇਖੋ ਕਿੱਡਾ ਸੋਹਣਾ ਪ੍ਰਮਾਣ ਤੁਹਾਡਾ ਤੇ ਮੇਰਾ ਸਰੀਰ ਜਿਹੜਾ ਇੱਕ ਬੁਲਬੁਲਾ, ਇਹਦੇ ਵਿੱਚ ਵੀ ਹਵਾ ਹੀ ਆ। ਜਿੱਦਣ ਹਵਾ ਨਿਕਲ ਗਈ ਉਹ ਪਾਣੀ ਦਾ ਬਣਿਆ ਹੁੰਦਾ, ਪਾਣੀ ਚ ਭੇਜ ਦਿੰਦਾ। ਇੱਥੇ ਵੀ ਸ਼ਬਦ ਇਹ ਲਿਖਿਆ, ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ। ਵਿੱਚੋਂ ਕੀ ਨਿਕਲ ਗਈ? ਹਵਾ। ਇੱਥੇ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ, ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਉੱਤੇ ਪੜੋ, ਉੱਤੇ ਪੜੋ ਤੇ ਗਾਓ ਝੂਮ ਝੁਮ ਕੇ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਮਗਰ ਇਹ ਪਾਣੀ ਦਾ ਬੁਲਬੁਲਾ, ਆਖੋ ਵਾਹਿਗੁਰੂ, ਪਾਣੀ ਦਾ ਬੁਲਬੁਲਾ ਆਪਣੇ ਆਪ ਦਾ ਚੇਤਾ ਭੁੱਲ ਕੇ ਵੀ ਮੇਰੀ ਕਿੰਨੀ ਕੁ ਮਨਿਆਦ ਆ, ਮੈਂ ਕਿੰਨੀ ਕੁ ਲੰਮੀ ਚਿਰ ਜੀਣਾ ਇੱਥੇ, ਆਪਣੇ ਆਪ ਨੂੰ ਭੁੱਲ ਕੇ। ਪ੍ਰਾਣੀ ਕਛੂ ਨਾ ਚੇਤਈ, ਮਦ ਮਾਇਆ ਕੈ ਅੰਦ। ਮਦ ਮਿੰਜ ਨਸ਼ਾ, ਇਹਨੂੰ ਚੇਤਾ ਹੀ ਭੁੱਲ ਗਿਆ ਮੈਂ ਇੱਕ ਪਾਣੀ ਦਾ ਬੁਲਬੁਲਾ ਵਾਂ ਤੇ ਮੇਰੀ ਹਵਾ ਪਤਾ ਨਹੀਂ ਕਦੋਂ ਨਿਕਲ ਜਾਣੀ ਹੈ। ਤੁਰਿਆ ਤੁਰਿਆ ਜਾਂਦਾ ਬੈਠਾ, ਸੋਫੇ ਤੇ ਬੈਠਾ ਸੀ, ਘਰ ਵਾਲੀ ਨੂੰ ਕਹਿੰਦਾ ਕੌਫੀ ਲਿਆਓ, ਆਖੋ ਵਾਹਿਗੁਰੂ। ਉਹ ਕੌਫੀ ਲੈ ਕੇ ਆਈ ਤੇ ਸਰਦਾਰ ਹੁਣੀ ਢੇਰੀ ਹੋਏ ਸੀ, ਕੀ ਹੋਇਆ? ਆਖੋ ਵਾਹਿਗੁਰੂ, ਕੀ ਹੋਇਆ? ਉਹ ਕਹਿੰਦੀ ਜੀ ਹੁਣੇ ਮੈਨੂੰ ਕਿਹਾ ਵਾ ਕੌਫੀ ਲੈ ਕੇ ਆਓ, ਪਤਾ ਹੀ ਨਹੀਂ ਲੱਗਾ ਕੀ ਗੱਲ ਹੋ ਗਈ। ਇਹ ਪਾਣੀ ਦਾ ਬੁਲਬੁਲਾ ਸੀ, ਪਾਣੀ ਵਿੱਚੋਂ ਨਿਕਲ ਗਿਆ ਤੇ ਪਾਣੀ ਦਾ ਪਾਣੀ ਹੋ ਗਿਆ, ਆਖੋ ਵਾਹਿਗੁਰੂ। ਮਗਰ ਇੰਨਾ ਹੰਕਾਰੀ ਆ, ਪ੍ਰਾਣੀ ਕਛੂ ਨਾ ਚੇਤਈ, ਮਦ ਮਾਇਆ ਕੈ ਅੰਦ। ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ, ਕੋਈ ਚੇਤਾ ਨਹੀਂ ਇਹਨੂੰ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਕਹੋ ਨਾਨਕ ਬਿਨ ਹਰ ਭਜਨ, ਹਰੀ ਦੇ ਭਜਨ ਤੋਂ ਬਿਨਾਂ ਕੀ ਹੋਊ? ਪਰਤ ਤਾਹੇ ਜਮ ਫੰਦ, ਬੋਲੋ ਪਰਤ ਤਾਹੇ। ਵਾਹਿਗੁਰੂ ਦਾ ਨਾਮ ਨਾ ਜਪਿਆ ਤੇ ਗਲ ਦੇ ਵਿੱਚ ਕੀ ਪੈ ਜਾਣੀ? ਜਮਾ ਦੀ ਫਾਸੀ ਪੈ ਜਾਣੀ। ਪਰਤ ਤਾਹੇ ਜਮ ਫੰਦ ਕਿਉਂ ਪੈ ਜੂਗੀ? ਕਿਉਂਕਿ ਪ੍ਰਾਣੀ ਕਛੂ ਨਾ ਚੇਤਈ, ਕੀ ਹੋ ਗਿਆ ਹੈ? ਮਾਇਆ ਦਾ ਨਸ਼ਾ ਚੜ ਗਿਆ ਹੈ। ਅਖ ਵਾਹਿਗੁਰੂ। ਇੱਥੇ ਆਣ ਕੇ ਜਿੰਨੇ ਬੱਚਿਆਂ ਨੇ ਕੇਸਾਂ ਦੀ ਬੇਦਬੀ ਕੀਤੀ ਆ, ਜਿੰਨੀਆਂ ਭੈਣਾਂ ਨੇ ਕੇਸਾਂ ਦੀ ਬੇਦਬੀ ਕੀਤੀ, ਤੁਸੀਂ ਤੇ ਮੈਂ ਅੱਜ ਇਹਨਾਂ ਨਾਲ ਗੱਲ ਕਰਦਾ ਸਾਂ, ਮੈਂ ਕਿਹਾ ਜਿਹੜੇ ਗੁਰਦੁਆਰੇ ਆਉਂਦੇ ਇਹਨਾਂ ਦੇ ਵੱਡੇ ਭਾਗ ਨੇ। ਇੱਥੇ ਕੋਈ ਪੰਜਾਬੀਆਂ ਦੀ ਸਿੱਖਾਂ ਦੀ ਗਿਣਤੀ ਇੰਨੀ ਕੀ ਨਹੀਂ ਗੀ? ਸੋਚਦੇ ਹੋ ਚਿੱਥੇ ਦਿਓ ਮੈਂ ਕੀ ਕਹਿਣਾ ਚਾਹੁੰਦਾ? ਇੰਨੇ ਕੀ ਸਿੱਖ ਹੋਣਗੇ? ਜਿੱਦਾਂ ਨਗਰ ਕੀਰਤਨ ਹੁੰਦਾ, ਪਕੌੜੇ ਨਿਕਲਦੇ ਨੇ, ਬ੍ਰੈਡ ਪਕੌੜੇ ਨਿਕਲਦੇ ਆ, ਜਾਂ ਰੌਣਕ ਮੇਲਾ ਵੇਖਣਾ ਹੁੰਦਾ, ਵਧੀਆ ਤੋਂ ਵਧੀਆ ਸੂਟ ਵਿਖਾਉਣੇ ਹੁੰਦੇ ਆ, ਸਰੀ ਦੇ ਵਿੱਚ 2.5 ਲੱਖ ਸਿੱਖ ਆਉਂਦਾ, 2.5 ਲੱਖ ਪੂਰਾ ਗਿਣਤੀ ਗੋਰੇ ਦੱਸਦੇ ਕਰਕੇ ਵੀ 2.5 ਲੱਖ ਬੰਦਾ ਆਇਆ।
ਮਗਰ 2.5 ਲੱਖ ਦੇ ਵਿੱਚੋਂ ਕਦੀ ਗੁਰਦੁਆਰੇ ਕੋ ਬੰਦਾ ਨਹੀਂ ਵੜਦਾ। ਮੇਰਾ ਇਹ ਕਹਿਣਾ ਹੈ ਕੋਈ ਨਸ਼ਾ ਚੜ ਗਿਆ, ਨਸ਼ਾ ਚੜ ਗਿਆ ਕਾਹਦਾ, ਮਦ ਮਾਇਆ ਕੇ ਅੰਧ, ਮਾਇਆ ਦਾ ਨਸ਼ਾ ਚੜ ਗਿਆ। ਕਿਸੇ ਨੂੰ ਜਵਾਨੀ ਦਾ ਚੜ ਗਿਆ, ਕਿਸੇ ਨੂੰ ਜਵਾਨੀ ਦਾ ਚੜ ਗਿਆ, ਕਿਸੇ ਨੂੰ ਪੈਸੇ ਦਾ ਚੜ ਗਿਆ, ਕਿਸੇ ਨੂੰ ਚਾਤਰੀ ਦਾ ਚੜ ਗਿਆ, ਕਿਸੇ ਨੂੰ ਪੜ੍ਹਾਈ ਦਾ ਚੜ ਗਿਆ, ਕੀ ਚੜ ਗਿਆ, ਨਸ਼ਾ ਚੜ ਗਿਆ, ਤੇ ਰੱਬ ਦਾ ਨਾਮ ਨਹੀਂ ਜਪਦਾ। ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦ, ਜੋ ਸੁਖ ਕੋ ਚਾਹੇ ਸਦਾ ਰਾਮ ਕੀ ਲੇ। ਹੁਣ ਰਾਮ ਦੀ ਸ਼ਰਨ ਲੈਣ ਤੋਂ ਬਿਨਾਂ, ਰਾਮ ਦੀ ਸ਼ਰਨ ਚ ਆਉਣ ਦੀ ਜਗ੍ਹਾ ਤੇ ਤੁਹਾਡੇ ਉੱਥੇ ਦਿੱਲੀ ਦੇ ਹੋ ਝੰਡੇ ਵਾਲਾ ਚੌਂਕ ਆ, ਜਿਹੜੇ ਬੰਗਲਾ ਸਾਹਿਬ ਮੱਥਾ ਟੇਕਣ ਜਾਂਦੇ ਉੱਥੇ ਵੀ ਮੱਥਾ ਟੇਕਦੇ, ਪੀਰ ਦੀ ਜਗ੍ਹਾ ਹੈ। ਆਖੋ ਵਾਹਿਗੁਰੂ ਗੱਜ ਕੇ ਬੋਲੋ, ਪੀਰ ਦੀ ਜਗ੍ਹਾ ਹੈ। ਜਿਹੜੇ ਬੰਗਲਾ ਸਾਹਿਬ ਦਾ ਕੜਾਹ ਪ੍ਰਸ਼ਾਦ ਦਾ ਡੂਨਾ ਹੱਥ ਫੜਿਆ ਹੁੰਦਾ ਨਾ, ਉਧਰ ਕੜਾਹ ਪ੍ਰਸ਼ਾਦ ਚੜਾ ਕੇ ਆਏ ਨੇ, ਉੱਥੇ ਉੱਥੇ ਜਾ ਕੇ ਕਬਰ ਤੇ ਵੀ ਮੱਥਾ ਟੇਕਣ ਡੇ। ਸਿੱਖੋ ਕੀ ਹੋ ਗਿਆ ਬੁੱਧੀ ਨੂੰ, ਰੋਜ਼ ਸਵਈਆਂ ਵਿੱਚ ਗੁਰੂ ਨੇ ਇੱਕ ਸਵਈਆ ਤਾਂ ਪਾਇਆ ਸੀ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਸ਼ਾ ਮੇ, ਕਾਹੂ ਪਛਾਂ ਕੋ ਕਉ ਬੁਤਾਨ ਕੋ ਪੂਜਤ ਹੈ, ਪਸ ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ। ਇਹ ਸਵਈਆਂ ਵਿੱਚ ਤਾਂ ਪਾਇਆ ਸੀ ਇੱਕ ਸਵਈਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਸਿੱਖ ਨੂੰ ਰੋਜ਼ ਰਿਮਾਇੰਡ ਕਰਾਵਾਂ ਤੂੰ ਕਬਰ ਤੇ ਮੱਥਾ ਨਹੀਂ ਟੇਕਣਾ। ਅੱਜ ਪੰਜਾਬ ਵੀ ਕਬਰਾਂ ਨਾਲ ਭਰ ਗਿਆ ਹੈ, ਦਿੱਲੀ ਵੀ ਕਬਰਾਂ ਨਾਲ, ਇੱਥੇ ਸੁੱਖ ਰੱਖੋ, ਸੁਖੀ ਹੈ। ਆਖੋ ਵਾਹਿਗੁਰੂ, ਵਾਹਿਗੁਰੂ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਕਉ ਨਾਨਕ ਸੁਣ ਰੇ ਮਨਾਂ। ਇਹ ਮਨੁੱਖਾ ਦੇ ਬੜੀ ਦੁਰਲੱਭ ਹੈ, ਇਹ ਦੁਬਾਰਾ ਨਹੀਂ ਮਿਲਣੀ, ਇਹਨੂੰ ਕਬਰਾਂ ਕੁਬਰਾਂ ਤੇ ਲਿਆ ਕੇ ਨਾ ਜਾ। ਆ ਹੁਣ ਜਦੋਂ ਮੈਂ ਘਰੋਂ ਜਲ ਪਾਣੀ ਛੱਕ ਕੇ ਆਇਆ, ਉਹ ਨਿੱਕੇ ਨਿੱਕੇ ਬੱਚਿਆਂ ਨੂੰ ਆਪਣੇ ਧੀ ਕਹਿਣ ਡੀ ਸੀ, ਬਾਬਾ ਜੀ ਨੂੰ ਮੱਥਾ ਟੇਕੋ। ਕਿਉਂ? ਅੱਖਾਂ ਤੁਹਾਡੀਆਂ ਦੋ, ਅੱਖਾਂ ਮੇਰੀਆਂ ਦੋ, ਕੰਨ ਮੇਰੇ ਦੋ, ਕੰਨ ਤੁਹਾਡੇ ਦੋ, ਜੀਭਾ ਮੇਰੀ ਮਾਸ ਦੀ, ਸਾਰਾ ਕੁਝ ਤੁਹਾਡਾ ਮੇਰੇ ਹੀ ਵਰਗਾ ਹੈ, ਆਖਿਰ ਤੁਸੀਂ ਬੰਦਿਆਂ ਨੂੰ ਮੱਥਾ ਕਿਉਂ ਟੇਕਦੇ ਹੋ? ਤੁਸੀਂ ਕਿਉਂ ਨਹੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ? ਜਾਗਰੂਕਤਾ ਪੈਦਾ ਕਰੋ ਆਪਣੀ ਇਸ ਔਲਾਦ ਵਿੱਚ। ਆ ਬੱਚੇ ਕੀਰਤਨ ਕਰਕੇ ਵੀ ਮੇਰੇ ਗੋਡੀਆਂ ਥਲਾਉਂਦੇ ਸੀ, ਮੈਂ ਇਹਨਾਂ ਨੂੰ ਗਲਣਾ ਲਾ ਕੇ ਕੱਲ ਵੀ ਕਿਹਾ, ਅੱਜ ਵੀ ਕਹਿੰਦਾ, ਕੋਈ ਬੰਦਾ ਹੋਵੇ ਭਾਵੇਂ ਕਿੱਡੀ ਵੱਡੀ ਅਵਸਥਾ ਦਾ ਮਾਲਕ ਹੋਵੇ, ਆਗੇ ਆਵਤ ਸਿੰਘ ਜੋ ਪਾਵੇ ਉਹਨੂੰ ਕੀ ਕਰੇ? ਵਾਹਿਗੁਰੂ ਜੀ ਕੀ। ਜਾਂ ਤੇ ਗੁਰੂ ਦਾ ਕਹਿਣਾ ਨਾ ਮੰਨੋ ਤੇ ਕਹੋ ਅਸੀਂ ਨਹੀਂ ਮੰਨਣਾ ਜੀ ਤੁਹਾਡਾ, ਅਸੀਂ ਤੇ ਮੱਥੇ ਟੇਕਣੇ ਹੀ ਟੇਕਣੇ। ਕਿਸੇ ਬੰਦੇ ਨੂੰ ਮੱਥਾ ਨਹੀਂ ਟੇਕਣਾ, ਕੇਵਲ ਮੱਥਾ ਟੇਕਣਾ, ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨ, ਆਦ ਅੰਤੇ ਕੇ ਅਵਤਾਰਾ ਸੋਈ ਗੁਰੂ। ਸਾਡਾ ਗੁਰੂ ਇੱਕੋ ਹੀ ਆ। ਸਿੱਧਾ ਨੇ ਆਣ ਕੇ ਗੁਰੂ ਨਾਨਕ ਸਾਹਿਬ ਦੀਨ ਦੁਨੀਆਂ ਦੇ ਮਾਲਕ ਨੂੰ ਜਦੋਂ ਸੁੱਟ ਲੈ ਨਾ ਸ਼ਬਦ, ਸ਼ਬਦ ਜਿੱਤੀ ਸਿੱਧ ਮੰਡਲੀ, ਸਿੱਧ ਮੰਡਲੀ ਨੂੰ ਸੁੱਟ ਲਿਆ ਸ਼ਬਦਾਂ ਤੇ ਤੀਰ ਮਾਰ ਕੇ, ਤੇ ਗੋਰਖਨਾਥ ਕੱਲਾ ਨਹੀਂ ਆਇਆ, ਦੂਸਰੇ ਚਰਪਟ ਨਾਥ, ਭੰਗਰ ਨਾਥ, ਭਰਥਰੀ ਨਾਥ ਸਾਰੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਣ ਆ ਗਏ। ਸੁਣੋਗੇ? ਟਿਕੇ ਹੋ? ਅੰਦਰਲੀ ਚੇਤਨਤਾ ਚਾਹੀਦੀ ਹੈ, ਮੂੰਹ ਤਾਂ ਸਾਰਿਆਂ ਦੇ ਹੀ ਲਈ ਜਾਂਦੇ ਹੁੰਦੇ, ਚੇਤਨਤਾ ਜ਼ਰੂਰੀ ਇੱਥੇ ਹੋਣੀ। ਤੇ ਮਹਾਰਾਜ ਨੇ ਕਿਹਾ ਕੀ ਕਰਨ ਲੱਗੇ ਹੋ? ਕਹਿੰਦੇ ਤੁਹਾਨੂੰ ਮੱਥਾ ਟੇਕਣ ਲੱਗੇ। ਮਹਾਰਾਜ ਤੁਸੀਂ ਤੇ ਬੜੀ ਕਰਾਮਾਤ ਦੇ ਮਾਲਕ ਹੋ। ਤੇ ਸਰਕਾਰ ਨੇ ਆਖਿਆ ਕੱਲ ਕਿਹਨੂੰ ਟਿਕੇ ਹੋ ਨਾ, ਕੱਲ ਕਿਹਨੂੰ ਟੇਕਿਆ ਸੀ? ਕਹਿੰਦੇ ਗੋਰਖਨਾਥ ਨੂੰ। ਕਹਿੰਦੇ ਉਹ ਵੀ ਸਰੀਰ, ਮੈਂ ਵੀ ਸਰੀਰ,
ਫਰਕ ਕੀ ਪਿਆ? ਆਖੋ ਵਾਹਿਗੁਰੂ ਵਾਹਿਗੁਰੂ। ਇਹਨੂੰ ਕੀ ਮੱਥਾ ਟੇਕ ਰਹੇ ਹੋ ਜਿਹੜਾ ਅੱਜ ਦਿਸ ਰਿਹਾ ਘੜੀਕ ਨੂੰ ਗਾਇਬ ਹੋ ਸਕਦਾ ਹੈ? ਆਂਦੇ ਫਿਰ ਕਿਹਨੂੰ ਟਿੱਕੀ ਹੈ? ਕਹਿੰਦੇ ਆਦੇਸ, ਆਦੇਸ ਬਣਾਉਂਦੇ ਨਮਸਕਾਰ, ਆਦੇਸ ਤਿਸੇ ਆਦੇਸ, ਆਦੇਸ ਕੋਈ ਪਤਾ ਵੀ ਲੱਗ ਰਿਹਾ ਕਿ ਮੇਰੇ ਕਹਿਣ ਤੇ ਰਿਪੀਟ ਕਰ ਰਹੇ ਹੋ ਵੀ ਮੱਥਾ ਨਮਸਕਾਰ ਕਿਹਨੂੰ ਕਰਨੀ? ਆਦੇਸ ਤਿਸੇ, ਉਸ ਨੂੰ, ਤਿਸ ਨੂੰ ਕਰੋ ਆਦੇਸ ਤਿਸੇ ਆਦੇਸ, ਜਿਹੜਾ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਤਿੰਨ ਦਿਨ ਨਹੀਂ ਰਹਿਣ ਵਾਲਾ, ਜਿਹੜਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ, ਜਿਹੜਾ ਜੁਗਾਂ ਜੁਗਾਂ ਤੋਂ ਸ਼ਬਦ ਗੁਰੂ ਅਵਤਾਰ ਆ, ਜੇ ਮੱਥਾ ਟੇਕਣਾ ਤੇ ਉਹਨੂੰ ਟੇਕੋ। ਮਗਰ ਤੁਹਾਡੇ ਤੇ ਹੁਣ ਲੋਕੀ ਕਹਿੰਦੇ ਵੀ ਟੇਕੋ 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 ਜੀ, ਸਾਡੇ ਮਹਾਂਪੁਰਸ਼ਾਂ ਨੂੰ ਮੱਥਾ ਹੀ ਨਹੀਂ ਟੇਕਿਆ, ਇਹਨਾਂ ਨੇ ਸਤਿਕਾਰ ਹੀ ਨਹੀਂ ਕੀਤਾ। ਮਹਾਂਪੁਰਸ਼ ਦਾ ਸਤਿਕਾਰ ਸਭ ਤੋਂ ਵੱਡਾ ਕੀ ਆ? ਤੁਹਾਡੇ ਬੱਚੇ, ਤੁਸੀਂ ਖੁਦ ਐਡੇ ਐਡੇ ਸੋਹਣੇ ਦਮਾਲਿਆਂ ਵਾਲੇ ਦਾੜਿਆਂ ਵਾਲੇ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਨਾਲੇ ਗੁਰੂ ਦੇ ਉਪਦੇਸ਼ ਦਾ ਪ੍ਰਚਾਰ ਹੋ ਗਿਆ। ਇਸ ਸ਼ਬਦ ਦਾ ਅਰਥ ਕੀ ਹੈ? ਨਮਸਕਾਰ ਤਿਸ ਹੀ ਕੋ ਹਮਾਰੀ, ਇਹਦਾ ਅਰਥ ਕਰੋ ਹਾਂ ਭਲਾ ਥੋੜਾ ਜਿਹਾ ਬੋਲੋ ਪੁੱਤ। ਉਹਨੂੰ ਨਮਸਕਾਰ ਆ ਸਕਲ ਪ੍ਰਜਾ ਜਨ, ਤੇ ਜਿੰਨੇ ਕਦੀ ਵਿਚਾਰੇ ਨੇ ਇੱਕ ਦੋ ਪੈਸੇ ਦੀ ਕੈਂਚੀ ਨਹੀਂ ਬਣਾਈ, ਨਹੀਂ ਪਤਾ ਲੱਗ, ਜਿਹਨੂੰ ਕਹਿ ਦਈਏ ਭਾਈ ਸਾਹਿਬ ਜੀ ਆਹ ਲੋ ਲੋਹਾ ਲੈ ਲਓ ਤੇ ਕੈਂਚੀ ਬਣਾ ਕੇ ਵਿਖਾਓ, ਜਿੰਨੇ ਕਿੰਨੇ ਸੱਪ, ਕਿੰਨੇ ਮੋਰ, ਕਿੰਨੀਆਂ ਪਹਾੜੀਆਂ, ਕਿੰਨੇ ਸਮੁੰਦਰ, ਕਿੰਨੇ ਜੀ ਜੰਤ ਪੈਦਾ ਕੀਤੇ ਨੇ, ਤੇ ਕਿਸੇ ਮੱਛੀ ਦੇ ਉੱਤੇ ਮੀਨਾਕਾਰੀ ਵੇਖਿਓ, ਕਿਸੇ ਸੱਪ ਦੇ ਉੱਤੇ ਮੀਨਾਕਾਰੀ ਵੇਖਿਓ, ਕਿਸੇ ਮੋਰ ਦੇ ਖੰਭਾਂ ਦੇ ਉੱਤੇ, ਇਹ ਸਾਰੀ ਮੀਨਾਕਾਰੀ ਜਿਹਨੇ ਕੀਤੀ ਆ। ਇੰਨਾ ਵੱਡਾ ਨਮੋ ਨਿਰਿਤ ਨਿਰਿਤੇ, ਐਡਾ ਵੱਡਾ ਸ਼ਹਿਨਸ਼ਾਹ ਜਿਹੜਾ ਨਮਸਕਾਰ ਤਾਂ ਉਹਨੂੰ ਕੀਤੀ ਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਜਾਂ ਤੇ ਗੁਰੂ ਗੋਬਿੰਦ ਸਿੰਘ ਨੂੰ ਪਿਓ ਮੰਨਦੇ ਹੋ, ਤੇ ਉਹ ਤਾਂ ਕਹਿੰਦਾ ਮੈਂ ਕਿਸੇ ਕਾਇਆ ਨੂੰ ਨਮਸਕਾਰ ਕੀਤੀ ਨਹੀਂ, ਨਹੀਂ ਪਤਾ ਲੱਗਾ, ਮੈਂ ਕਿਸੇ ਸਰੀਰ ਨੂੰ ਮੱਥਾ ਉੱਚੀ ਬੋਲੋ ਨਹੀਂ ਟੇਕਿਆ। ਤੁਸੀਂ ਕਿਹਨੂੰ ਟੇਕਿਆ? ਨਮਸਤੰਗ ਅਕਾਏ ਅਕਾਏ, ਟੇਕੇਗਾ ਤਾਂ ਨਹੀਂ ਅੱਜ ਤੋਂ ਬਾਅਦ, ਜਕਾਰਾ ਛੱਡ ਟੇਕਦਾ ਨਾ ਕਿਸੇ ਨੂੰ, ਅੱਜ ਤੋਂ ਨਾ ਟੇਕੀ, ਜਕਾਰਾ ਛੱਡ ਤੇ ਕਹਿ ਗੁਰੂ ਗ੍ਰੰਥ ਸਾਹਿਬ ਜੀ ਅੱਜ ਤੋਂ ਇਹ ਸਿਰ ਕੱਟਿਆ ਜਾਵੇ, ਮਗਰ ਸ਼ਬਦ ਤੋਂ ਬਿਨਾਂ ਕਿਸੇ ਨੂੰ ਮੱਥਾ ਨਾ ਟੇਕੇ। ਬੋਲੇ ਸੋ ਨਿਹਾਲ, ਕੋਈ ਗੁਰੂ ਕਾ ਸਿੱਖ ਮੇਰੀਓ ਧੀਓ ਆਉਂਦਾ ਤੁਹਾਡੇ ਘਰ, ਪ੍ਰਸ਼ਾਦਾ ਛਕਾਓ, ਸਤਿਕਾਰ ਕਰੋ, ਸੇਵਾ ਕਰੋ, ਪਰਦੇਸੀ ਸਿੱਖ ਆਏ ਦੀ, ਮਗਰ ਮੱਥਾ ਨਾ ਟੇਕੋ। ਇਹ ਮਸੰਦ ਪੁਣਾ ਸਾਡੇ ਚ ਨਹੀਂ ਹੈਗਾ, ਅਸੀਂ ਸ਼ਬਦ ਗੁਰੂ ਦੇ ਪਾ ਚੁੱਕਿਆ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ, ਇਹ ਸਾਰਾ ਕੁਝ ਮੇਰੇ ਬਾਬੇ ਨੇ ਆਖਿਆ। ਨਮਸਕਾਰ ਉਹਨੂੰ ਕਰੋ ਜਿਹੜਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ, ਕਉ ਨਾਨਕ ਸੁਣ ਰੇ ਮਨਾ ਦੁਰਲਭ ਮਾਨ ਖੁਦੇ। ਅੱਗੇ ਜਾ ਕੇ ਬੜਾ ਪਿਆਰਾ ਸ਼ਬਦ ਆ, ਮਾਇਆ ਕਾਰਨ ਧਾਵਈ ਮੂਰਖ ਲੋਕ ਅਜਾਣ, ਮੂਰਖ ਅਜਾਣ ਲੋਕ। ਸਵੇਰ ਤੋਂ 2 ਵਜੇ ਡਿਊਟੀ ਹੋਵੇ ਨਾ, ਕੀ ਕਿਹਾ, 2 ਵਜੇ ਡਿਊਟੀ ਹੋਵੇ ਤੇ ਫੇਰ 1 ਵਜੇ ਇਸ਼ਨਾਨ ਹੋ ਜਾਂਦਾ ਹੈ, ਉੱਥੋਂ ਕੀ ਮਿਲਣੀ ਹੈ? ਮਾਇਆ ਮਿਲਣੀ ਹੈ ਨਾ। ਆਖੋ ਵਾਹਿਗੁਰੂ। ਕੈਲੀਫੋਰਨੀਆ ਵਿੱਚ ਇੱਕ ਮਾਤਾ ਕਹਿੰਦੀ, ਭਾਈ ਸਾਹਿਬ ਜੀ ਮੈਂ ਕੀ ਕਰਾਂ, ਮੈਂ ਸਵੇਰੇ ਉੱਠਦੀ ਹਾਂ
ਭਾਈ ਸਾਹਿਬ ਜੀ, ਜਦੋਂ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਦੀ ਹਾਂ, ਬਹਿ ਜਾਓ ਆਰਾਮ ਨਾਲ ਟਿਕੋ, ਸਵੇਰੇ ਮੈਂ ਜਦੋਂ 2 ਵਜੇ ਉੱਠ ਕੇ 1:30 ਵਜੇ ਉੱਠਦੀ ਹਾਂ ਅਤੇ ਮੇਰੇ ਹੱਥੋਂ ਪੋਥੀ ਡਿੱਗ ਪੈਂਦੀ। ਨੀਂਦ ਇੰਨਾ ਤੰਗ ਕਰਦੀ ਆ ਵੀ ਮੇਰੇ ਹੱਥੋਂ ਪੋਥੀ ਡਿੱਗ। ਮੈਂ ਕਿਹਾ ਮਾਤਾ ਆ ਸੁਣਿਓ, ਮਾਤਾ ਜੇ ਤੁਮ 100-100 ਦੇ ਡਾਲਰਾਂ ਦੀ ਗੁੱਥੀ ਫੜਾਵਾਂ, ਹੱਸਿਓ ਨਾ, ਕਿਰਤਨਤਾ ਤੇ ਭਾਰ ਪਾਓ ਤੇ ਤੈਨੂੰ ਮੈਂ ਕਹਾਂ ਇਹਨੂੰ 2 ਵਜੇ ਉੱਠ ਕੇ ਗਿਣ, ਉਹ ਵੀ ਡਿੱਗ ਪੂ। ਤੇ ਕਹਿੰਦੀ ਉਹ ਕਿਸ ਤਰ੍ਹਾਂ ਡਿੱਗ ਪੂ? ਮੈਂ ਕਿਹਾ ਮੈਂ ਉਹਦਾ ਕਾਰਨ ਦੱਸਦਾ, ਸੁਣੋ, ਮੈਂ ਉਹਦਾ ਕਾਰਨ ਦੱਸਦਾ ਤੈਨੂੰ ਵੀ ਤੇਰੇ ਹੱਥੋਂ ਉਹ ਕਿਉਂ ਨੀ ਡਿੱਗਣੀ। 100 ਦੇ ਡਾਲਰ ਦੀ ਤੈਨੂੰ ਕੀਮਤ ਦਾ ਪਤਾ ਹੈ ਤੇ ਤੂੰ ਕਹਿੰਦੀ ਆਹ 100 ਡਾਲਰ ਹੋਊਗਾ ਤੇ ਮੈਂ ਆਪਣੇ ਪੁੱਤ ਪੁੱਤਰਿਆਂ ਲਈ ਖਿਡੌਣੇ ਲਿਆ ਸਕਦੀ, ਫਿਰ ਵੀ ਬਚਣੇ ਨੇ, ਫਿਰ ਸਬਜ਼ੀ ਵੀ ਖਰੀਦ ਸਕਦੀ ਹਾਂ, ਉੱਥੇ ਉਹ ਡਾਲਰ ਦੀ ਬੜੀ ਕੀਮਤ ਆ। ਅੱਖ ਵਾਹਿਗੁਰੂ। ਤੇ ਜਿਹੜਾ ਪੋਥੀ ਵਿੱਚ ਲਿਖਿਆ ਗੁਰੂਕਾ ਸ਼ਬਦ ਰਤਨ ਹੈ, ਇਹਦੀ ਤੈਨੂੰ ਕੀਮਤ ਦਾ ਨਹੀਂ ਪਤਾ, ਤਾਂ ਹੱਥੋਂ ਡਿੱਗ ਪੈਂਦਾ। ਉੱਤਮ ਸਲੋਕ ਸਾਧ ਕੇ ਭਜਨ, ਇਹ ਜਿਹੜਾ ਬਾਣੀ ਹੈ, ਅਮਲੀਕ ਲਾਲ ਇਹ ਰਤਨ ਤੁਹਾਡੇ ਹੱਥ ਚ ਅਮੋਲਕ ਲਾਲ ਹੋਣ, ਰਤਨ ਹੋਣ ਤੇ ਨੀਂਦ ਆਜੂ? ਹਾਲੇ ਤੁਹਾਨੂੰ ਪਤਾ ਨੀ ਗਾ ਗੁਟਕੇ ਚ ਲਿਖਿਆ ਕੀ ਆ, ਤਾਂ ਕਰਕੇ ਡਿੱਗ ਪੈਂਦਾ। ਤੋਂ ਮਾਤਾ ਕਹਿੰਦੀ ਗੱਲ ਤੇ ਤੁਹਾਡੀ ਠੀਕ ਆ। ਇੱਥੇ ਮੇਰੇ ਬਾਪੂ ਜੀ ਅੱਜ ਕਹਿੰਦੇ ਸਵੇਰ ਤੋਂ ਅੰਮ੍ਰਿਤ ਵੇਲੇ ਉੱਠ ਕੇ ਗੱਡੀ ਸਟਾਰਟ ਕਰ ਦਿੰਦਾ ਤੇ ਸਵੇਰੇ ਕਹਿੰਦਾ ਜੀ ਮੈਂ ਕੰਮ ਤੇ ਚੱਲਿਆ, ਉਹ ਕਹਿੰਦਾ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਸਾਰੇ ਕੰਮ ਕਰ ਲਾ, ਮਗਰ ਕਿਤੇ ਨੋਟ ਨਹੀਂ ਹੋਣੇ। ਲਿਖ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਤੈਨੂੰ ਪੁੱਛਣਾ ਹੈ ਤੂੰ ਕਿਹੜੇ ਕੰਮ ਆਇਆ ਸੈਂ, ਕੀ ਆਇਆ? ਆਇਓ ਸੁਣਨ ਪੜਨ ਕੋ ਬਾਣੀ, ਬੋਲੋ ਭਲਾ, ਆਇਓ ਨੀ ਆਇਓ ਸੁਣਨ ਪੜਨ ਕੋ, ਆਇਓ ਸੁਣਨ ਪੜਨ ਬਾਣੀ, ਪ੍ਰਭ ਕੀ ਸਭ ਕੋ ਬੋਲੇ। ਤੈਨੂੰ ਮੈਨੂੰ ਕਹਿੰਦੀ ਵੀ ਤੂੰ ਇੱਥੇ ਕਿਉਂ ਆਇਆ, ਬਾਣੀ ਸੁਣਨ ਆਇਆ ਤੇ ਬਾਣੀ ਪੜਨ ਆਇਆ? ਅੱਖ ਵਾਹਿਗੁਰੂ। ਵੇਖੋ ਇਹੋ ਜੇ ਗੁਰੂ ਦੇ ਲੜ ਲਾਇਆ ਜਿਹਨੂੰ ਕਿਸੇ ਨੇ ਥਾਪਿਆ ਨਹੀਂ। ਇੱਥੇ ਅੱਜ ਮੈਨੂੰ ਇਹਨਾਂ ਮੰਦਰ ਵਿਖਾਇਆ, ਅੱਖ ਵਾਹਿਗੁਰੂ। ਮੰਦਰ ਵਿੱਚ ਉਹਨਾਂ ਚਿਰ ਕੋਈ ਮੱਥਾ ਨਹੀਂ ਟੇਕਦਾ ਜਿੰਨਾ ਚਿਰ ਉਹਦੇ ਚ ਮੂਰਤੀ ਨਹੀਂ ਆਉਂਦੀ। ਬਾਹਰੋਂ ਲਿਆ ਕੇ ਮੂਰਤੀ ਮੰਦਰ ਵਿੱਚ ਰੱਖੀ ਗਈ ਤੇ ਉਹਨੂੰ ਕਹਿੰਦੇ ਅਸਥਾਪਨ ਕੀਤੀ ਮੂਰਤੀ, ਇਹਨਾਂ ਪਤਾ ਜੇ ਨਾ ਵੀ ਮੂਰਤੀ ਅਸਥਾਪਨ ਹੋਈ। ਮਗਰ ਜਿਹੜਾ ਤੁਹਾਡਾ ਸਤਿਗੁਰੂ ਹੈ ਇਹਨੂੰ ਕਿਸੇ ਨੇ ਅਸਥਾਪਨ ਨਹੀਂ ਕੀਤਾ, ਥਾਪਿਆ ਨਾ ਜਾਏ, ਪਤਾ ਵੀ ਲੱਗਾ ਜੇ ਵੈਸੇ ਮੇਰੇ ਕਹਿਣ ਤੇ ਹੀ ਪਤਾ ਲੱਗਾ ਵੀ ਇਹਨੂੰ ਕਿਸੇ ਨੇ, ਇਹ ਕਿੱਥੋਂ ਆਇਆ ਜੀ ਫਿਰ, ਇਹਨੂੰ ਕਿਸੇ ਨੇ ਨਹੀਂ ਥਾਪਿਆ। ਤੇ ਆਪੇ ਆਪ ਨਿਰੰਜਣ ਸੋਏ, ਬੋਲੋ ਹਾਂ, ਇਹ ਆਪਣੇ ਆਪ ਚੋਂ ਪੈਦਾ ਹੋਇਆ। ਸਦੈਵੰ ਪ੍ਰਵਾਹ ਹੈ ਅਜੈ ਹੈ ਅਜਾ ਅਜੂਨੀ ਸੈਭੰ, ਸੈਭੰ ਦਾ ਮਤਲਬ ਆਪਣੇ ਆਪ ਤੋਂ ਪ੍ਰਕਾਸ਼। ਅੱਖ ਵਾਹਿਗੁਰੂ। ਕੇ ਰਾਜੰ ਪ੍ਰਵਾਹ ਹੈ ਕੇ ਧਰਮੰ ਤੁਰਾ ਹੈ, ਧਰਮ ਦਾ ਨਿਸ਼ਾਨ ਹੈ ਤੈਨੂੰ ਕਿਸੇ ਨੇ ਗੱਡਿਆ ਨਹੀਂ। ਆਹ ਨਿਸ਼ਾਨ ਸਾਹਿਬ ਜਿਹੜਾ ਆਪਾਂ ਗੁਰਦੁਆਰੇ ਲਾਉਂਦੇ ਹਾਂ ਨਾ ਤੇ ਸੰਗਤਾਂ ਰਲ ਕੇ
ਇੱਕ ਪਿੱਲਰ ਖੜਾ ਕਰਦੀਆਂ, ਉੱਤੇ ਕੱਪੜਾ ਮਹਾਰਾਜ ਦਾ ਚਲਾ ਦਿੰਦੇ, ਉਹਨੂੰ ਆਪਾਂ ਕਿੰਨੇ ਨਿਸ਼ਾਨ ਸਾਹਿਬ ਆ। ਮਗਰ ਜਿਹੜਾ ਧਰਮ ਦਾ ਨਿਸ਼ਾਨ ਰੱਬ ਆ, ਇਹਨੂੰ ਕਿਸੇ ਨੇ ਚਲਾਇਆ ਨਹੀਂ, ਉਹ ਜੁੱਗਾਂ ਤੋਂ ਝੁੱਲ ਰਿਹਾ। ਆਖੋ ਵਾਹਿਗੁਰੂ, ਕੋਈ ਪਕੜ ਚ ਵੀ ਪਤਾ ਲੱਗ ਰਿਹਾ ਜੇ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਹ ਕਿੱਥੋਂ ਆਇਆ? ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ, ਨਾ ਪੁੱਤਰੇ ਨਾ ਪੁੱਤਰੇ ਨਾ ਛੱਤਰੇ ਨਾ ਮਿੱਤਰੇ, ਸਦੈਵੰ ਪ੍ਰਭਾ ਹੈ ਅਜੈ ਹੈ, ਨਿਰਸ਼ਾਕੰ ਸ਼ਰੀਕ ਹੈ ਅਮਿਤੋ ਅਮੀਕ ਹੈ। ਕੋਈ ਮਾਸੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ? ਕੋਈ ਮਾਮਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ? ਕੋਈ ਮਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ? ਬੋਲੋ ਨਾ ਗੁਰੂ ਕੇ ਸਿੱਖੋ। ਇਹੋ ਜਿਹੀ ਸ਼ਕਤੀ ਦੇ ਲੜ ਲਾਇਆ ਜਿਹਦਾ ਕੋਈ ਸਰੀਕਾ ਹੀ ਨਹੀਂ। ਜੇ ਗੁਰੂ ਦਾ ਵੀ ਸਰੀਕਾ ਹੁੰਦਾ, ਦੁਨੀਆਂ ਤੇ ਸਰੀਕੇ ਇੱਕ ਤਰ੍ਹਾਂ ਮਟਾਉਂਦਾ ਆਪਣਾ, ਉਹਦਾ ਕੋਈ ਨਾ ਉਹਦੀ ਮਾਂ ਹੈ, ਨਾ ਉਹਦਾ ਪਿਓ ਹੈ, ਨਾ ਉਹਦਾ ਪੁੱਤ ਹੈ, ਨਾ ਉਹਦਾ ਪੋਤਰਾ ਹੈ। ਇੱਥੇ ਜਿਨ੍ਹਾਂ ਦਾ ਕੁਛ ਨਹੀਂ ਨਾ ਲੱਗਦਾ, ਉਹ ਗੱਦੀਆਂ ਲਾ ਕੇ ਬੈਠੇ ਨੇ। ਬਾਬਾ ਜੀ ਦਾ ਪੋਤਰਾ ਗਾ ਗੱਦੀ ਤੇ ਬਹਿ ਗਿਆ ਜੀ, ਸੁਣਦੇ ਹੋ ਕਿ ਨਹੀਂ? ਬੋਲੋ ਨਾ ਗੁਰੂ ਕੇ ਸਿੰਘ। ਇਹ ਗੱਦੀ ਬਦਲਣੀ ਨਹੀਂ, ਕਿਉਂਕਿ ਨਾ ਇਹਦਾ ਕੋਈ ਪੋਤਿਆ ਅੱਗੋਂ, ਨਾ ਪੋਤਰਾ ਹੈ, ਨਾ ਮਾਂ ਸੀ, ਨਾ ਪਿਓ ਆ, ਨਾ ਤਾਤ ਹੈ, ਤਾਤ ਮਣੇ ਪਿਓ, ਨਾ ਮਾਤ ਹੈ, ਨਾ ਉਹਦਾ ਕੋਈ, ਨਾ ਪੋਤਰੇ ਨਾ ਪੁੱਤਰੇ ਨਾ ਛੱਤਰੇ ਨਾ ਮਿੱਤਰੇ। ਇਹੋ ਜਿਹਾ ਮੇਰਾ ਸਤਿਗੁਰੂ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਖੁੱਲ ਕੇ ਖੁੱਲ ਕੇ ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ, ਗੁਰ ਵਡ ਝੂਮ ਝੂਮ ਕੇ ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ, ਗੁਰ ਇਤਰਾ ਕਰ ਹਾਂ ਜਰਾ ਕ ਸਿੱਧਾ ਹੋ ਹਾਂ ਤੇ ਗਾ ਜਰਾ ਪੂਰੇ ਤਾਣ ਨਾਲ। ਹਮਰਾ ਠਾਕੁਰ ਸਭ ਤੇ ਊਚਾ, 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 ਹਮਰਾ ਠਾਕੁਰ ਸਭ ਤੇ ਊਚਾ। ਸਿੱਖਾ ਸੁਣੀ ਇੱਕ ਬਚਨ ਇੰਨਾ ਸੋਹਣਾ ਪਿਆਰਾ, ਮੇਰੀ ਇਹ ਬੱਚੀਏ ਤੇਰੇ ਵੱਲੋਂ ਗਾਇਆ ਗਿਆ, ਜਾ ਪ੍ਰਭ ਕੀ ਹੋ ਚੇਰਲੀ, ਕਿਸੇ ਨੂੰ ਆਉਂਦੀ ਬਾਣੀ? ਜਾ ਪ੍ਰਭ ਕੀ ਹੋ ਚੇਰਲੀ, ਜਿਹੜੇ ਪਰਮੇਸ਼ਵਰ ਦੀ ਪ੍ਰਭੂ ਦੀ ਮੈਂ ਚੇਲੀ ਹੈ ਨਾ, ਇਹਦਾ ਅਰਥ ਇਹ ਬਣਦਾ ਉੱਤੇ ਆਇਆ। ਜਾ ਪ੍ਰਭ ਕੀ ਹੋ ਚੇਰਲੀ, ਬੋਲੋ ਚੇਰਲੀ ਦਾ ਅਰਥ ਕੀ ਕਰੋਗੇ? ਚੇਲੀ, ਦੁਨੀਆਂ ਦੇ ਲੋਕੋ ਜਿਹਦੀ ਮੈਂ ਚੇਲੀ ਆ ਨਾ, ਸੋ ਸਭ ਤੇ ਉੱਚਾ, ਸੋ ਸਭ ਤੇ ਉੱਚਾ,
ਸਭ ਕਿਛ ਤਾਂ ਕਾ ਕਾਂਢੀਏ, ਸਭ ਕਿਛ ਆ ਗਿਆ ਉੱਤੇ ਮੇਰੇ ਕੋਲ, ਛੱਲੀ ਪੁੰਨੀ ਜੋ ਕੁਝ ਹੈਗਾ ਹੈ, ਮੇਰਾ ਸਿਰ ਵੀ ਉਹਦਾ ਹੈ, ਮੇਰੇ ਸਵਾਸ ਵੀ ਉਹਦੇ ਨੇ, ਮੇਰੀਆਂ ਧੀਆਂ ਵੀ ਉਹਦੀਆਂ, ਮੇਰਾ ਘਰ ਵੀ ਉਹਦਾ ਹੈ, ਮੇਰਾ ਬਾਹਰ ਵੀ ਉਹਦਾ ਹੈ, ਸਭ ਕਿਛ ਤਾਂ ਕਾ ਕਾਂਢੀਏ ਥੋੜਾ ਅਰ ਮੂਚਾ, ਥੋੜਾ ਮੂਚਾ ਮਿੰਜ ਕੀ ਹੁੰਦਾ ਹੈ ਜ਼ਿਆਦਾ, ਪ੍ਰਭ ਕੇ ਸਿਮਰਨ ਉਧਰੇ ਮੂਚਾ, ਬਾਣੀ ਚੋਂ ਅਰਥ ਲੱਭਿਆ ਕਰੋ ਮੇਰੇ ਵੀਰੋ, ਸਾਨੂੰ ਕੋਈ ਨਾ ਲੁੱਟ ਸਕੇ ਜੇ ਸਾਨੂੰ ਬਾਣੀ ਦਾ ਗਿਆਨ ਹੋਵੇ ਤੇ, ਬਾਣੀ ਦਾ ਗਿਆਨ ਨਾ ਹੋਣ ਕਰਕੇ ਕੋਈ ਕਹਿੰਦਾ ਮੈਂ ਤੁਹਾਨੂੰ ਸ਼ਬਦ ਲਿਖ ਕੇ ਦੇਣਾ, ਕਹਿੰਦੇ ਕਿ ਨਹੀਂ ਬੋਲੋ, ਕਿਉਂ ਭਈ ਉਹ ਜਿਹੜਾ ਲਿਖ ਕੇ ਦੇ ਗਿਆ ਉਹ ਕੱਟਿਆ, ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਨਾਂ ਸੁਣਿਆ ਪਿੰਡਰਾਂ ਵਾਲਿਆਂ ਗੁਰਸਿੱਖਾਂ ਦਾ, ਬੰਬੇ ਗਏ ਆਖੋ ਵਾਹਿਗੁਰੂ, ਤੇ ਉਹਨਾਂ ਨੇ ਆਖਿਆ ਜੀ ਸਾਨੂੰ ਕੋਈ ਸ਼ਬਦ ਲਿਖ ਕੇ ਦੇ ਜੋ, ਤੇ ਕਹਿਣ ਲੱਗੇ ਮੇਰੀ ਕਲਮ ਚ ਉਨਾ ਬਲ ਨਹੀਂ ਵੀ ਮੈਂ ਸ਼ਬਦ ਲਿਖਦਾ, ਪਤਾ ਨੀ ਕੌਣ ਲਿਖ ਕੇ ਦੇਈ ਜਾਂਦੇ ਨੇ, ਕਿੱਥੇ ਚੇਤਨਤਾ ਸੁੱਤੀ ਇਹਨਾਂ ਲੋਕਾਂ ਦੀ ਜਿਹੜੇ ਸ਼ਬਦ ਲਿਖਦੇ, ਕਹਿੰਦੇ ਉਹ ਕਲਮ ਸੀ ਭਾਈ ਗੁਰਦਾਸ ਜੀ ਦੀ ਤੇ ਲਿਖਾਉਣ ਵਾਲਾ ਸੀ ਮਾਂ ਬਲੀ ਗੁਰੂ ਅਰਜਨ ਦੇਵ ਸਾਹਿਬ, ਦੂਸਰੀ ਵਾਰ ਕਲਮ ਸੀ ਭਾਈ ਮਨੀ ਸਿੰਘ ਦੀ ਤੇ ਲਿਖਾਉਣ ਵਾਲਾ ਸੀ ਮਰਦੇ ਮੁਜਾਹਦ ਗੁਰੂ ਗੋਬਿੰਦ ਸਿੰਘ ਸਾਹਿਬ, ਮੇਰੇ ਕੋਲ ਕਿੱਥੇ ਜ਼ਰੂਰਤ ਆ ਮੈਂ ਕਿਸੇ ਨੂੰ ਸ਼ਬਦ ਲਿਖ ਕੇ ਦੇ ਦਾਂ। ਉਹ ਜਿਹੜੇ 1430 ਅੰਗ ਤੇ ਲਿਖੇ ਇਹਨਾਂ ਨੂੰ ਪੜ੍ਹੋ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਇਹ ਬੜੀ ਇੱਕ ਰੀਤ ਚੱਲੀ ਸਿੱਖਾਂ ਦੇ ਵਿੱਚ, ਸਮਝ ਰਹੇ ਹੋ ਜੀ ਮੈਂ ਕੀ ਕਹਿ ਰਿਹਾ, ਵੀ ਫਲਾਣੇ ਦੇ ਘਰ ਮਹਾਂਪੁਰਸ਼ ਆਏ ਉਹਨਾਂ ਨੂੰ ਇੱਕ, ਕਿਉਂ ਭਾਈ ਤੇਰੇ ਕੋਲ ਕਿੱਥੋਂ ਪਾਵਰ ਆ ਗਈ ਸ਼ਬਦ ਲਿਖ ਕੇ ਦੇਣ ਦੀ, ਇਹ ਤੁਸੀਂ ਥੋੜਾ ਜਿਹਾ ਜਾਗੋ। ਲਿਖਿਆ ਹੈ ਬਾਣੀ 1430 ਅੰਗ ਲਿਖੇ ਨੇ, ਇਹਦੇ ਵਿੱਚੋਂ ਪ੍ਰਭ ਬਾਣੀ ਸ਼ਬਦ ਸੁਭਾਖਿਆ ਮੀਨ ਸੋਹਣੀ ਭਾਖਿਆ, ਜਿਹੜੀ ਪਰਮੇਸ਼ਵਰ ਦੀ ਬਾਣੀ ਹੈ ਨਾ ਇਹ ਭਾਖਿਆ, ਭਾਖਿਆ ਮੈਨੂੰ ਬੋਲੀ ਇੱਕ ਅੰਗ ਤੋਂ 1430 ਅੰਗ ਤੱਕ ਜਿਹੜੀ ਬੋਲੀ ਹੈ ਨਾ ਬੜੀ ਸੋਹਣੀ ਬੋਲੀ ਆ, ਧਿਆਨ ਦਿਓ ਟਿਕੋ, ਬੜੀ ਸੋ ਇੱਕ ਭਾਖਿਆ ਹੁੰਦਾ ਸੋ ਸੋ ਲਾਤਾ, ਸੋਹਣੀ ਭਾਸ਼ਾ, ਇਹਨੂੰ ਕੀ ਕਰੋ ਗਾਓ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੋਂ ਸਿੱਖਾ। ਅਵਾਸੀ ਆ ਗਈ ਸੀ ਨਾ ਸਿੱਖਾ, ਇਹਦੇ ਤੋਂ ਉੱਤੇ ਕੋਈ ਖਜ਼ਾਨਾ ਨਹੀਂ ਹੈਗਾ, ਜਦੋਂ ਤੇਰਾ ਦਿਲ ਕਰਦਾ ਸ਼ਬਦ ਪੜ੍ਹਨ ਨੂੰ ਤਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੋ ਜਹਾਨ ਦਾ ਮਾਲਕ ਜੇ ਸਰੂਪ ਨਹੀਂ ਉੱਥੀ ਤੋਂ ਪੜ੍ਹ ਲਾ, ਹੁਣ ਤੇ ਤੇਰੇ ਤੇ ਹੋਰ ਕਿਰਪਾ ਹੋ ਗਈ, ਤੇਰੇ ਫੋਨ ਵਿੱਚੋਂ ਨਿਕਲਾਉਂਦੀ ਬਾਣੀ, ਹੁਣ ਤੈਨੂੰ ਕੀ ਜ਼ਰੂਰਤ ਆ ਕਿਸੇ ਕੋਲੋਂ ਸ਼ਬਦ ਲਿਖਵਾਉਣ ਦੀ, ਆਖੋ ਵਾਹਿਗੁਰੂ। ਸਾਹਿਬ ਜੀ ਨੇ ਬੜੇ ਸੋਹਣੇ ਬੋਲ ਬੋਲੇ, ਆਖੋ ਵਾਹਿਗੁਰੂ। ਇਹ ਜਿਹੜੀ ਬਾਣੀ ਹੈ ਨਾ ਥਾਪਿਆ ਨਾ ਜਾਏ ਆਪੇ ਆਪ, ਇਸ ਬਾਣੀ ਨੂੰ ਜਿਨ ਸੇਵਿਆ ਜਿਨ ਤਿਨ ਪਾਇਆ ਮਾਨ, ਨਾਨਕ ਇਹ ਗੁਣਾਂ ਦਾ ਖਜ਼ਾਨਾ ਜੇ ਇਹਨੂੰ ਗਾਈਏ, ਅੱਗੇ ਲਿਖਿਆ ਗਾਵੀਏ ਮਨ ਰੱਖੀਏ, ਇਹ ਤਿੰਨ ਪੜਾਵਾਂ ਚ ਵੰਡ ਲਓ। ਮੈਂ ਥੋੜਾ ਜਿਹਾ ਤਾਂ ਬਾਹਰ ਗਿਆ, ਮੈਨੂੰ ਮੈਸੇਜ ਮਿਲਿਆ ਵੀ 8 ਵਜਾਓ ਸਲੋਕਾਂ ਵਿੱਚੋਂ, ਮੈਂ ਤਾਂ ਬਾਹਰ ਲੈ ਗਿਆ ਥੋੜਾ ਜਿਹਾ ਆਪਣਾ ਵਿਸ਼ਾ ਵੀ ਚਲੋ ਮੈਂ ਜਾਂਦਾ ਜਾਂਦਾ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਆਖਰੀ ਦੀਵਾਨ ਆ, ਮੈਂ ਤੁਹਾਨੂੰ ਤਿੰਨ ਪੜਾਵਾਂ ਦੀ ਗੱਲ ਸੁਣਾ ਦਿਆਂ ਵੀ ਬਾਣੀ ਨੂੰ ਗਾਉਣਾ ਹੈ
ਸੁਣਨਾ ਹੈ ਤੇ ਮਨ ਵਿੱਚ ਭਾਓ ਕਰਨਾ ਹੈ। ਮਨ ਰੱਖੀਏ ਭਾਓ ਬਣੇ ਪ੍ਰੇਮ, ਡਰ ਨਹੀਂ। ਜੇ ਕੰਨਾ ਨਾ ਹੁੰਦਾ ਤੇ ਫਿਰ ਡਰ ਸੀ ਵੀ ਬਾਣੀ ਤੋਂ ਡਰ ਕੇ ਰਹੋ। ਜਿਹਦੇ ਨਾਲ ਡਰੀਏ ਉਹਦੇ ਨਾਲ ਪ੍ਰੇਮ ਨਹੀਂ ਹੁੰਦਾ। ਅੱਖ ਵਾਹਿਗੁਰੂ ਜੀ, ਮੈਂ ਕੀ ਕਿਹਾ, ਉਹਦੇ ਤੋਂ ਹਮੇਸ਼ਾ ਡਰ ਕੇ ਰਹੀਦਾ, ਪ੍ਰੇਮ ਨਹੀਂ ਹੋ ਸਕਦਾ। ਭਾਓ ਲਿਖਿਆ, ਇਸ ਬਾਣੀ ਨੂੰ ਗਾਈਏ। ਸੁਣ ਰਹੇ ਹੋ ਜੀ, ਥੱਕ ਤੇ ਨਹੀਂ ਗਏ ਨਾ? 8 ਵਜੇ ਤੱਕ ਕਹਿਤਾ, ਤੁਹਾਡੇ ਤੇ ਡਿਪੈਂਡ ਕਰਦਾ ਜੇ ਤਾਜ਼ੇ ਹੋ ਨਾ। ਅੱਛਾ, ਇਸ ਬਾਣੀ ਨੂੰ ਗਾਵੀਏ, ਮੂੰਹ ਤੋਂ ਗਾ ਕੇ ਆਪਣੇ ਕੰਨਾਂ ਤੋਂ। ਤੁਸੀਂ ਕਹਿੰਦੇ ਹੋ ਗੁਆਂਢੀ ਸੁਣੇ, ਇਤਨਾ ਹੀ ਹੁੰਦਾ ਨਾ ਵੀ ਮੈਂ ਪੜ੍ਹਾਂ ਜਪਜੀ ਸਾਹਿਬ ਤੇ ਉੱਚੀ ਉੱਚੀ ਪੜ੍ਹਾਂ ਤੇ ਮੇਰਾ ਗੁਆਂਢੀ ਆਖੇ ਵੀਰ ਜੀ ਤੁਹਾਡੇ ਵਰਗਾ ਤੇ ਗੁਰਮੁਖੀ ਕੋਈ ਨਹੀਂ, ਤੁਸੀਂ ਤੇ ਅੱਧੀ ਰਾਤ ਉੱਠ ਕੇ ਜਪਜੀ ਸਾਹਿਬ ਪੜ੍ਹਦੇ ਹੋ। ਤੁਹਾਡੇ ਕੰਨ ਬਾਣੀ ਸੁਣਨ ਨੂੰ ਨਹੀਂ ਤਰਸਦੇ? ਨਹੀਂ ਪਤਾ ਲੱਗਾ ਜੀ, ਆਪਣੀ ਉਸਤਤ, ਉਸਤਤ ਪ੍ਰਭ ਕੀ ਕਰਨੀ ਸੀ? ਉਸਤਤ ਮਨ ਮੈਂ ਕਰਨ ਰੰਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ। ਉਸਤਤ ਕਰਨੀ ਸੀ, ਉਸਤਤ ਕਰ ਕਰ ਜੀਵਾਂ ਮੈਂ। ਮੇਰੇ ਮਾਲਕ ਦੀ ਕੋਈ ਉਸਤਤ ਕਰਦਾ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ, ਤੇ ਮੇਰੇ ਕੰਨ ਹਰੇ ਹੋ ਜਾਂਦੇ। ਮੈਂ ਇਸ ਗੱਲ ਲਈ ਬੈਠਾ ਵਾਂ ਕੋਈ ਮੈਨੂੰ ਇਹ ਮੈਸੇਜ ਦੇਵੇ, ਜਦੋਂ ਤੁਸੀਂ ਸਵੇਰੇ ਅੱਜ ਵਾਹਿਗੁਰੂ ਦਾ ਜਾਪ ਤੇ ਜਪਜੀ ਸਾਹਿਬ ਪੜ੍ਹਦੇ ਸੋ ਨਾ, ਭਾਜੀ ਮੈਂ ਸੁਣ ਰਿਹਾ ਸਾਹਿਬ ਤੁਸੀਂ ਤੇ ਬੜੇ ਗੁਰਮੁਖ ਹੋ, ਕੋਈ ਪਤਾ ਲੱਗਾ ਮੈਂ ਕਹਾਂ ਤੁਰਾਂ? ਇਹਨੂੰ ਗਾਈਏ ਤੇ ਭਾਈ ਵੀਰ ਸਿੰਘ ਸਾਹਿਬ ਜੀ ਨੇ ਆਪਣੀ ਕਲਮ ਨਾਲ ਲਿਖਿਆ ਜੀ, ਉਹ ਕਹਿੰਦਾ ਇੰਨਾ ਕੁੱਚੀ ਗਾਈਏ ਕਿ ਤੁਹਾਡੇ ਕੰਨ ਸੁਣਨ। ਕੀ ਆਖਿਆ? ਇੰਨਾ ਕੁ ਉੱਚੀ ਆਵਾਜ਼ ਚ ਗਾਈਏ ਵੀ ਇਹ ਕੰਨਾਂ ਨੂੰ ਤੁਹਾਡੇ। ਆ ਪਰਸੋਂ ਚੌਥ ਕਿਹੜੇ ਸ਼ਹਿਰ ਚ ਸਾਂ? ਨਾ ਬੰਗਲਾ ਸਾਹਿਬ, ਬੰਗਲਾ ਸਾਹਿਬ ਕਥਾ ਕਰਦੇ ਹਾਂ। ਫੋਨ ਬਾਰ ਬਾਰ ਆਵੇ ਵੀ ਭਾਈ ਸਾਹਿਬ ਜੀ ਮੈਂ ਤੁਹਾਨੂੰ ਨਿਕਲਣ ਨਹੀਂ ਦੇਣਾ, ਮੈਨੂੰ ਇਹਦਾ ਅਰਥ ਦੱਸੋ। ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ ਸਰਮਣੀ ਸੁਣਨਾ। ਮੈਨੂੰ ਨਾ ਉੱਥੇ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੇ ਉਸ ਵੇਲੇ ਦੋ ਬੰਦੇ ਇੱਕ ਛੱਡ ਕੇ ਇੱਕ ਫੜ ਕੇ ਵੀ ਫੋਨ ਸੁਣੀ ਜਾਈਏ ਨਾ ਲੋਕਾਂ ਦੇ ਵਰਲਡ ਚੋਂ ਆਉਂਦੇ, ਤਾਂ ਵੀ ਪੂਰਾ ਨਹੀਂ ਟਾਈਮ ਹੁੰਦਾ। ਬਾਰ ਬਾਰ ਲੋਕ ਕਹਿੰਦੇ ਵੀ ਤੁਸੀਂ ਅਜਾ ਕਿਹਾ, ਆ ਵੀ ਕਿਹੋ, ਆ ਧੀਆਂ ਬਾਰੇ ਬੋਲਿਓ, ਇਸ ਬਾਰੇ ਬੋਲਿਓ। ਸਾਰੇ ਲੋਕ ਆਸ ਰੱਖਦੇ ਵੀ ਇੱਥੋਂ ਗੱਲ ਸਾਰਿਆਂ ਤੱਕ ਜਾਊਗੀ। ਉਹ ਬੰਦਾ ਇੱਕ ਵਾਰ ਵਾਰ ਮੈਂ ਉਹਨੂੰ ਦੋ ਤਿੰਨ ਵਾਰ ਟਾਲਿਆ ਵੀ ਵੀਰ ਜੀ ਫੋਨਾਂ ਦਾ ਟਾਈਮ ਆ, ਬਹੁਤ ਜ਼ਿਆਦਾ ਫੋਨ ਆ ਰਹੇ, ਮੈਂ ਤੁਹਾਨੂੰ ਦੱਸਦਾ। ਉਹ ਮੈਨੂੰ ਅੱਕ ਕੇ ਕਹਿੰਦਾ ਤੁਹਾਨੂੰ ਆਉਂਦਾ ਨਹੀਂ ਹੋਣਾ ਤਾਂ ਨਹੀਂ ਦੱਸਦੇ। ਮੈਂ ਕਿਹਾ ਜੀ ਇਹਦਾ ਆਉਂਦਾ ਤਾਂ ਕਿਸੇ ਨੂੰ ਵੀ ਨਹੀਂ, ਦਾਵਾ ਤਾਂ ਕੋਈ ਕਰ ਹੀ ਨਹੀਂ ਸਕਦਾ। ਅੱਖ ਵਾਹਿਗੁਰੂ। ਮਗਰ ਜੇ ਤੁਸੀਂ ਸਿਆਣੇ ਹੋ ਨਾ, ਅੰਤਰ ਗੁਰੂ ਅਰਾਧਨਾ ਧਿਆਨ ਦਿਓ, ਅੰਤਰ ਤੁਸੀਂ ਅੰਤਰ ਨੂੰ ਵੀ ਇੱਕ ਪਾਸੇ ਰੱਖ ਲੈਣਾ ਤੇ ਗੁਰੂ ਫੜ ਲੈਣਾ। ਅੰਤਰ ਗੁਰੂ ਅਰਾਧਨਾ ਤੇ ਜੇਵਾ ਜਪ ਫਿਰ ਗੁਰੂ ਫੜ ਲਓ। ਨਹੀਂ ਪਤਾ ਲੱਗਾ, ਅੰਦਰ ਵੀ ਗੁਰੂ ਨੂੰ ਫੜ ਲਓ, ਬਾਹਰ ਜੀਵਾ ਤੇ ਵੀ, ਤੇ ਫਿਰ ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ, ਫਿਰ ਸਤਿਗੁਰੂ ਆ ਗਿਆ। ਫਿਰ ਉਹਨੂੰ ਕਹਿਣਾ ਹੀ ਪਿਆ, ਦਾਸ ਨੇ ਦੱਸਿਆ ਉਹਨੂੰ, ਕਹਿੰਦਾ ਭਾਈ ਸਾਹਿਬ ਆਨੰਦ ਆ ਗਏ। ਮੈਂ ਕਿਹਾ ਤੁਸੀਂ ਚਾਰੇ ਗਿਆਨ ਕਰਮ ਇੰਦਰੀਆਂ ਨੂੰ ਛੱਡ ਦਿਓ, ਫੜ ਕਿਹਨੂੰ ਲਓ? ਗੁਰੂ ਨੂੰ। ਬਸ ਗੁਰੂ ਗੁਰੂ ਕਰੋ, ਅੰਦਰ ਦੀ ਅਰਾਧਨਾ ਵੀ ਹੋ ਗਈ, ਅੱਖਾਂ ਦੀ ਅਰਾਧਨਾ ਵੀ ਹੋ ਗਈ, ਕੰਨਾਂ ਦੀ ਅਰਾਧਨਾ ਵੀ ਹੋ ਗਈ। ਪਤਾ ਲੱਗ ਗਿਆ ਨਾ, ਅੰਤਰ ਵੀ ਚਲੇ ਗਿਆ ਗੁਰੂ, ਕੰਨਾਂ ਰਾਹੀਂ ਵੀ ਗੁਰੂ ਚਲੇ ਗਿਆ, ਜੇਬਾਂ ਰਾਹੀਂ ਵੀ ਗੁਰੂ ਚਲੇ ਗਿਆ, ਨੇਤਰੀ ਸਤਿਗੁਰ ਵੇਖਣਾ, ਅੱਖਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਆਉਣਗੇ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਜਦੋਂ ਤੇਰੀਆਂ ਅੱਖਾਂ, ਕੰਨ, ਅੰਦਰ, ਜੇਬਾਂ ਸਾਰੇ ਗੁਰੂ ਗੁਰੂ ਹੋਣ ਲੱਗ ਪਿਆ,
ਤੇ ਉੱਥੇ ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਉ। ਫਿਰ ਸਤਿਗੁਰੂ ਦੇ ਨਾਲ ਰਤਿਆ ਹੋਇਆ ਦਰਗਾਹ ਚ ਥਾਂ ਮਿਲਦਾ ਹੈ। ਗਾਵੀਏ ਮੂੰਹ ਤੋਂ, ਮੂੰਹ ਤੋਂ ਤੇ ਕੰਨਾਂ ਨਾਲ ਉਸੇ ਬਾਣੀ ਨੂੰ, ਤੇ ਫਿਰ ਉਸ ਸੁਣੀ ਹੋਈ ਬਾਣੀ ਨੂੰ ਪ੍ਰੇਮ ਕਰੀਏ, ਮਨ ਰੱਖੀਏ ਭਾਓ ਮਿੰਜ। ਕਿੰਨਾ ਕੁ ਕੀਤਾ ਹੈ, ਕਿੰਨੀ ਵਾਰ ਸੁਣਿਆ ਗੁਰ ਸਤਿਗੁਰ ਕਾ ਜੋ। ਸੁਣੋ ਜੀ, ਹੁਣ ਮਿੰਟ ਰਹਿ ਗਏ ਨੇ ਦਸ, ਤੇ ਸ਼ਬਦ ਇਹਦਾ ਇੱਕ ਸਲੋਕ ਹੋਰ ਪੜ੍ਹਨਾ। ਤੁਸੀਂ ਕਿੰਨੀ ਵਾਰ ਸੁਣਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਕੀ ਕਰੇ। ਚਲੋ ਮੈਂ ਚੌਂਕੀਦਾਰ ਹਾਂ, ਮੇਰੇ ਕੋਲ ਰਾਈਟ ਤਾਂ ਨਹੀਂ ਕੋਈ ਤੁਹਾਨੂੰ ਪੁੱਛਣ ਦਾ, ਪਰ ਹੱਥ ਖੜਾ ਕਰੋ ਕਿੰਨੇ ਘੁੱਟਦੇ ਹੋ। ਤੇ ਫਿਰ ਪ੍ਰੇਮ ਕੀ ਕੀਤਾ, ਇੱਕ ਤਿੰਨ ਪੈਸੇ ਦਾ ਬੱਚੀ ਦੇ ਬੱਚਾ ਕਿਸੇ ਨਾਲ ਪ੍ਰੇਮ ਕਰਦੇ, ਉਹ ਕਹਿੰਦੇ ਖੂਹ ਛਾਲ ਮਾਰਨੀ, ਕਹਿੰਦੇ ਚਲੋ ਜੀ ਮਾਰਦੇ ਨੇ ਪ੍ਰੇਮ। ਪੈਸੇ ਪਿੱਛੇ ਲੋਕੀ ਪਾਗਲ ਹੋ ਜਾਂਦੇ, ਪੈਸੇ ਨਾਲ ਇੰਨਾ ਪ੍ਰੇਮ ਕਰਦੇ, ਪੈਸੇ ਤੋਂ ਭਰਾ ਮਾਰ ਦਿੰਦੇ। ਪੈਸੇ ਨਾਲ ਇੰਨਾ ਪ੍ਰੇਮ ਹੋ ਗਿਆ, ਪੈਸੇ ਦੇ ਪਿਆਰ ਜਾਣ ਕੇ ਆਪਣਾ ਭਰਾ ਦਾ ਮਰਡਰ ਕਰ ਦਿੰਦੇ ਲੋਕੀ। ਤੁਸੀਂ ਗੁਰੂ ਨਾਲ ਕਿੰਨਾ ਕੁ ਪ੍ਰੇਮ ਕੀਤਾ ਹੈ, ਤੁਹਾਨੂੰ ਕਿੰਨੀ ਵਾਰ ਤੁਹਾਡੇ ਕੰਨਾਂ ਚ ਆਵਾਜ਼ ਪਈ ਆ ਵੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਕੀ ਕਰੇ। ਤੇ ਜੇ ਤੁਸੀਂ ਇਹ ਨਹੀਂ ਕੀਤਾ ਤੇ ਗੱਲ ਗੁਰੂ ਜੀ ਨੂੰ ਇਗਨੋਰ ਕਰ ਰਹੇ ਹੋ ਕਿ ਨਹੀਂ, ਬੋਲੋ ਨਾ। ਇਗਨੋਰ ਉਹਦੀ ਗੱਲ ਕਰੀ ਦੀ ਜਿਹਦੇ ਨਾਲ ਪ੍ਰੇਮ ਨਾ ਹੋਵੇ। ਪ੍ਰੇਮ ਵਾਲਾ ਤੇ ਆਖੇ ਨਾ ਜਾਨ ਦੇ ਦੇ, ਯਾਰ ਮੇਰੀ ਜਾਨ ਹਾਜ਼ਰ ਆ ਤੇਰੇ ਲਈ। ਤੁਸੀਂ ਉੱਠਦੇ ਹੋ, ਫਿਰ ਦੱਸੋ ਗੁਰੂ ਕੇ ਸਿੱਖੋ। ਜਿਹੜਾ ਮੇਰੇ ਵਰਗਾ ਨਵਾਂ ਆਊਗਾ ਇੱਥੇ ਕਥਾ ਵਾਚਕ, ਮੈਂ ਤੇ ਤੁਹਾਡਾ ਭਰਾ ਬਣ ਕੇ ਤੁਹਾਡੇ ਨਾਲ ਇੰਨਾ ਘੁਲ ਮੁਲ ਜਾਂਦਾ ਵੀ ਤੁਸੀਂ ਵੀ ਮੇਰਾ ਗੁੱਸਾ ਨਹੀਂ ਕਰਦੇ ਤੇ ਮੈਂ ਵੀ ਖੁੱਲੀਆਂ ਗੱਲਾਂ ਤੁਹਾਡੇ ਨਾਲ ਕਰਦਾ। ਜਿਹੜਾ ਵਿਚਾਰਾ ਨਵਾਂ ਕਥਾ ਵਾਚਕ ਆਊਗਾ ਆਖੂਗਾ ਬੱਲੇ 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 ਹਜੂਰੀਆ ਪਾਇਆ ਗੋਲ ਪਗ ਬੱਧਾ, ਮੈਨੂੰ ਕੋਈ ਵੇਖੇ ਆਖੇ ਵੀ ਇਹ ਤੇ ਅੰਮ੍ਰਿਤ ਵੇਲੇ ਉੱਠਦਾ ਹੋਣਾ, ਗੁਰੂ ਦਾ ਹੁਕਮ ਮੰਨਦਾ ਹੋਣਾ, ਇਹਨੇ ਗਾਇਆ ਹੈ ਤੇ ਸੁਣਿਆ ਤੇ ਮਨ 'ਚ ਪਿਆਰ ਜ਼ਰੂਰ ਕੀਤਾ ਹੋਊਗਾ ਵੀ ਸਵੇਰੇ ਉੱਠਦਾ ਹੀ ਹੋਵੇ। ਜੇ ਨਹੀਂ ਉੱਠਦੇ ਮੇਰੀ ਉਹ ਧੀਓ ਤੇ ਉੱਠਣਾ ਸ਼ੁਰੂ ਕਰੋ। ਮੇਰਾ ਗੁਰੂ ਕਹਿੰਦਾ ਜਦੋਂ ਤੂੰ ਦੋਵੇਂ ਗੱਲਾਂ ਮੰਨ ਲਏਗਾ ਨਾ ਮੇਰੀਆਂ, ਗਾ ਵੀ ਇਹ ਸੁਣੀਏ ਮਨ ਰੱਖੀਏ, ਜਿੱਦਣ ਮਨ 'ਚ ਪ੍ਰੇਮ ਕਰਕੇ ਇਹਨੂੰ ਧਾਰਨ ਕਰ ਲੈਂਦਾ ਸੁਣਿਓ ਹੁਣ, ਤੇ ਮੈਂ ਤੈਨੂੰ ਇੱਕ ਆਫਰ ਕਰੂੰਗਾ। ਸੁਣ ਰਹੇ ਹੋ ਸਾਰੇ, ਮੈਂ ਤੈਨੂੰ ਇੱਕ ਆਫਰ, ਬੋਲੋ ਗੁਰੂ ਕਹਿ ਰਿਹਾ ਮੈਂ ਤੈਨੂੰ ਇੱਕ ਆਫਰ ਕਰੂੰਗਾ, ਤੂੰ ਆਪਣੇ ਘਰ ਦੇ ਸਾਰੇ ਦੁੱਖ ਇਕੱਠੇ ਕਰਕੇ ਇੱਕ ਪੰਡ 'ਚ ਬੰਨ ਲਈ। ਸੁਣ ਰਹੇ ਹੋ, ਕੀ ਕਰੀ, ਦੁੱਖ ਪੰਡ 'ਚ ਬੰਨ ਲਈ, ਜਿੰਨੇ ਤੇਰੀ ਜ਼ਿੰਦਗੀ ਦੇ ਦੁੱਖ ਨੇ ਇਕੱਠੇ ਕਰਕੇ ਇੱਕ ਪੰਡ ਬੰਨ ਲਵੀ, ਤੇ ਪੰਡ ਸਿਰ ਤੇ ਚੁੱਕ ਕੇ ਗੁਰਦੁਆਰੇ ਲੈ ਆਵੀ। ਨਹੀਂ ਮੇਰੀ ਜਦ ਸੁਣ ਰਹੇ ਹੋ, ਉਹ ਪੰਡ ਨੂੰ ਚੁੱਕ ਕੇ ਗੁਰਦੁਆਰੇ ਲੈ ਆਵੀ। ਗੁਰਦੁਆਰੇ ਦੇ ਬੂਹੇ ਅੱਗੇ ਮੈਂ ਖਲੋਤਾ ਹੋਊਂਗਾ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਤੇਰੇ ਸਿਰ ਤੋਂ ਫੜ ਕੇ ਪੰਡ ਮੈਂ ਲਵਾਉਂਗਾ। ਦੁੱਖ ਪਰ ਹਰ, ਦੁੱਖ ਪਰ ਹਰ ਮਨੇ ਛੱਡਣੇ, ਦੁੱਖ ਇੱਥੇ ਛੱਡ ਜੀ, ਉਸੇ ਘੜੀ ਮੈਂ ਇੱਕ ਪੰਡ ਸੁੱਖਾਂ ਦੀ ਭਰ ਕੇ ਰੱਖੀ ਹੋਊਗੀ ਤੇਰੇ ਲਈ, ਤੇ ਉਹ ਚੁੱਕ ਕੇ ਮੈਂ ਤੇਰੇ ਸਿਰ ਤੇ ਰੱਖੂੰਗਾ, ਸੁੱਖ ਘਰ ਲੈ ਜਾਏ। ਮਗਰ ਉਹਦੇ ਲਈ ਪਹਿਲੋਂ ਗਾਵੀਏ ਸੁਣੀਏ ਮਨ ਰੱਖੀਏ। ਇੱਥੇ ਸੱਜਣੋ ਗੱਲ ਹੀ ਕੋਈ ਹੋਰ ਸੀ ਤੇ ਗੱਲ ਅਸੀਂ ਬਣਾ ਹੀ ਹੋਰ ਲਈ। ਆਖੋ ਵਾਹਿਗੁਰੂ ਵਾਹਿਗੁਰੂ। ਆਓ ਹੁਣ ਉਦੋਂ ਸੁਣੋ, ਫਿਰ ਦੁੱਖ ਪਰ ਸੁੱਖ। ਆਖਿਆ ਜੀ ਤੁਸੀਂ ਕਿਹਦੀ ਗੱਲ ਕਰ ਰਹੇ ਹੋ, ਇਹ ਕੀ ਹੈ ਜਿਹਨੂੰ ਗਾਉਣਾ ਸੁਣਨਾ ਹੈ। ਕਹਿੰਦੇ ਗੁਰਮੁਖ ਨਾਦੰ, ਗੁਰਮੁਖ ਨਾਦੰ ਨਾਦੰ, ਗੁਰਮੁਖ ਗੁਰੂ ਦੇ ਮੂੰਹ ਚੋਂ ਨਿਕਲਿਆ ਹੋਇਆ ਗੀਤ, ਉਹ ਗੀਤ ਕਿਹੜਾ ਹੈ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਸਤਿਗੁਰੂ ਦੀ ਅੰਮ੍ਰਿਤ ਬਾਣੀ ਬਾਰੇ ਇਸ਼ਾਰਾ ਹੈ। ਗੁਰਮੁਖ ਜਿਹੜਾ ਗੁਰੂ ਦੇ ਮੂੰਹ ਚੋਂ ਨਿਕਲੀ ਬਾਣੀ, ਗੁਰਮੁਖ ਦਾ ਮਤਲਬ ਗੁਰੂ ਦੇ ਮੂੰਹ ਚੋਂ ਮੁੱਖ ਚੋਂ ਨਿਕਲੀ ਹੋਈ ਬਾਣੀ, ਇਹ ਸਾਰਾ ਕੁਝ ਬਾਣੀ ਲਈ ਕਿਹਾ ਜਾ ਰਿਹਾ।
ਗੁਰਮੁਖ ਵੇਦਨ, ਵੇਦ ਕੀ ਆ, ਗਿਆਨ ਕੀ ਆ ਮੇਰਾ, ਉਹ ਗੁਰਬਾਣੀ, ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ, ਗੁਰ ਈਸਰ, ਗੁਰ ਮੇਰੇ ਲਈ ਸਾਰਾ ਕੁਝ ਕੀ ਆ, ਧੰਨ ਸ੍ਰੀ ਗੁਰੂ ਗ੍ਰੰਥ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਣ, ਕਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਇੱਕ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਸਾਰਾ ਜਨਮ ਵਿਅਰਥ ਹੈ। ਬਿਰਥਾ ਨਾਮ ਬਿਨਾਂ ਤਨ ਅੰਧ, ਮੁਖ ਆਵਤ ਤਾਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ, ਮੇਘ ਬਿਨਾਂ ਜਿਉ। ਅੱਗੇ ਪੜੋ, ਗੋਬਿੰਦ ਭਜਨ ਬਿਨ ਕਰਲਾ ਕੰਮ ਸਾਰੇ, ਤੂੰ ਕਹਿੰਦਾ ਮੈਂ ਨਿਬੇੜ ਲੈਣੇ, ਉਹ ਕਹਿੰਦਾ ਮੈਂ ਕਾਂਟਾ ਮਾਰਤਾ, ਇੱਕ ਨੀ, ਦੋ ਨੀ, ਤਿੰਨ ਨੀ, ਜਿੰਨੇ ਮਰਜ਼ੀ ਸਿਰੇ ਚੜਾ ਲਾ, ਤੂੰ ਕਹਿੰਦਾ ਮੈਂ ਤੇ ਇੰਨੇ ਕੰਮ ਕਰ ਲਏ, ਉਹ ਕਹਿੰਦਾ ਵਿਅਰਥ ਨੇ। ਗੋਬਿੰਦ ਭਜਨ ਬਿਨ ਬਿਰਥੇ ਜਿਉ ਕਿਰਪਨ ਕੇ, ਇਹਦਾ ਅਰਥ ਹੁੰਦਾ ਕਿਰਪਨ ਬਿੰਦਾ ਸ਼ੂਮ, ਸੂਮ ਬੰਦਾ ਜਿਹੜਾ ਆਪਣੇ ਪੈਸੇ ਦੇ ਵਿੱਚ ਕਿਤੇ ਕੌਫੀ ਦਾ ਕੱਪ ਵੀ ਨੀ ਪੀਂਦਾ, ਤੇ ਕਹਿੰਦਾ ਦੋਸਤ ਪਿਆ ਦੇ, ਨਵਜੋਤ ਸਿੰਘ ਪਿਆ ਦੇ, ਆਖੋ ਵਾਹਿਗੁਰੂ, ਉਹਨੂੰ ਕਹਿੰਦੇ ਸੂਮ। ਪੈਸਾ ਉਹਦੇ ਕੋਲ ਵੀ ਹੁੰਦਾ ਹੈ, ਨਰਾਰਥੀ ਜਾਂਦਾ ਹੈ, ਜੂਸ ਵੀ ਨਾ ਪੀ ਸਕਿਆ, ਕਿਸੇ ਦੀ ਸੇਵਾ ਵੀ ਨਾ ਕਰ ਸਕਿਆ, ਉਹਨੂੰ ਕਹਿੰਦੇ ਜਿਸ ਤਰ੍ਹਾਂ ਉਹਦਾ ਪੈਸਾ ਵਿਅਰਥ ਹੀ ਚੱਲ ਜਾਂਦਾ ਹੈ ਨਾ, ਇਸ ਤਰ੍ਹਾਂ ਗੋਬਿੰਦ ਭਜਨ ਤੋਂ ਬਿਨਾਂ ਮਨੁੱਖਾ ਦੇਹ ਸਾਰੀ ਵਿਅਰਥ ਹੀ। ਗੋਬਿੰਦ ਭਜਨ ਬਿਨ ਬਿਰਥੇ ਸਭ ਜਿਉ ਕਿਰਪਨ ਕੇ, ਧੰਨ ਧੰਨ ਤੇ ਜਨ ਜੈ ਘੱਟ ਵਸਿਓ ਹਰ ਨਾਉ ਨਾਨਕ ਤਾ ਕੇ, ਮੈਂ ਬਲਹਾਰ ਜਾਨਾ ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ, ਹਉ ਕੁਰ ਸੈਨਾ ਚੇਤੇ ਰੱਖਿਓ। ਗੁਰੂ ਬਲਹਾਰ ਜਾਂਦਾ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਤੇ ਅਵਰਾ। ਇਹ ਸੁਣ ਕੇ ਨਾ ਚੱਲਣਾ, ਸ਼ੁਰੂਆਤ ਕਰੋ। ਇਹ ਦੁਨੀਆਂ ਰੱਬ ਦਾ ਘਰ ਹੈ, ਰੱਬ ਦੀ ਔਲਾਦ ਹੈ। ਜਿਸ ਤਰ੍ਹਾਂ ਕਿਸੇ ਦੇ ਬੱਚੇ ਦੇ ਮੂੰਹ ਚ ਟੋਫੀ ਪਾ ਦਈਏ ਤੇ ਮਾਂ ਕਹਿੰਦੀ ਹੈ ਨਾ ਧੰਨਵਾਦ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਮਾਂ ਬੜੇ ਪਿਆਰ ਨਾਲ ਵਹਿੰਦੀ ਹੈ ਜੇ ਉਹਦੇ ਬੱਚੇ ਨੂੰ ਕੋਈ ਟੋਫੀ ਦੇਵੇ ਤੇ ਜਿੱਦਣ ਕਿਸੇ ਸਿੱਖ ਦੇ ਮੂੰਹ ਚੋਂ ਕੋਈ ਵਾਹਿਗੁਰੂ ਕਢਾਉਂਦਾ ਹੈ ਨਾ, ਤੇ ਮੇਰਾ ਸਾਹਿਬ ਬੜਾ ਪਿਆਰ ਨਾਲ ਵੇਖਦਾ ਹੈ ਵੀ ਇਹਨੇ ਮੇਰੇ ਪੁੱਤ ਨੂੰ ਵਾਹਿਗੁਰੂ ਸ਼ਬਦ ਚ ਪਾਇਆ, ਇਹਦਾ ਹੋ ਜਾਣਾ ਭਲਾ, ਤੇ ਮੈਂ ਅਸੀਸਾਂ ਨਾਲ ਉਸ ਸਿੱਖ ਦਾ ਘਰ ਭਰ ਦੇਣਾ ਹੈ ਜਿਹੜਾ ਸਿੱਖ ਆਪ ਜਪਦਾ ਹੈ ਤੇ ਦੂਸਰਿਆਂ ਨੂੰ ਜਪਾਉਂਦਾ ਹੈ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪ੍ਰੇਮ ਕਰੋ ਆਪਸ ਵਿੱਚ, ਧੜੇਬਾਜ਼ੀਆਂ ਤੋਂ ਉੱਤੇ ਉੱਠ ਕੇ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਕੋਲ ਆਣ ਕੇ, ਜੇ ਕੋਈ ਇਸ ਤਰ੍ਹਾਂ ਦਾ ਮੁੱਟ ਮੁਟਾਪ ਵਹਿ ਵੀ ਤੇ ਗੁਰਦੁਆਰੇ ਦੇ ਅੰਦਰ ਆਣ ਕੇ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਕੀ ਆ, ਇਹ ਹਰ ਕਾ ਰੂਪ ਹੈ। ਇੱਥੇ ਆਣ ਕੇ ਤੇ ਰੱਬ ਰੂਪ ਸੰਗਤ ਵੇਖ ਲਿਆ ਕਰੋ, ਇੱਥੇ ਆਣ ਕੇ ਤੇ ਮਨ ਦੇ ਵਿੱਚ ਨਾ ਸੋਚਿਆ ਕਰੋ ਫਲਾਣੇ ਧੜੇ ਦਾ ਹੈ, ਵੀ ਧੜੇ ਤੇ ਧਾੜਵੀਆਂ ਦੇ ਹੁੰਦੇ, ਕਿਹਨਾਂ ਦੇ,
ਧਾੜਵੀ ਮਾਲ ਲੁੱਟ ਕੇ ਲਿਆਉਂਦੇ ਨੇ ਉਹਨੂੰ ਵੰਡਣਾ ਹੁੰਦਾ ਤੇ ਦੋ ਧੜਿਆਂ ਚ ਵੰਡੇ ਜਾਂਦੇ, ਤਿੰਨ ਧੜਿਆਂ ਚ ਵੰਡੇ ਜਾਂਦੇ, ਧਰਮੀਆਂ ਦਾ ਧੜਾ ਨਹੀਂ ਹੁੰਦਾ। ਸੰਤ ਕਾ ਮਾਰਗ ਇਹ ਤੇ ਪੌੜੀ ਆ, ਇਹ ਤੇ ਰਾਹ ਏ ਮੇਰੀ ਉਹ ਬੱਚਿਓ, ਇੱਕ ਦੂਸਰੀ ਨਾਲ ਪਿਆਰ ਕਰੋ। ਜਿਹਨੂੰ ਕਦੀ ਜੱਫੀ ਨਹੀਂ ਪਾਈ ਗੁਰਦੁਆਰੇ ਆਈ ਨੂੰ ਜੱਫੀ ਪਾਇਆ ਕਰੋ, ਪਿਆਰ ਕਰਿਆ ਕਰੋ ਇੱਕ ਦੂਸਰੇ ਨਾਲ। ਮੇਰੇ ਵੀਰ ਗੁਰਸਿੱਖ ਜਿੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਮਤ ਬੈਠੇ ਹੋ, ਇੱਕ ਦੂਸਰੇ ਨਾਲ ਪਿਆਰ ਕਰੋ। ਤੁਹਾਡੇ ਬਾਪੂ ਨੇ ਤੇ ਕਿਹਾ ਸੀ ਜਨ ਪ੍ਰੇਮ ਕੀਓ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ। ਤੇ ਇੱਕ ਨਿੱਕੇ ਜੇ ਸ਼ਹਿਰ ਚ 500 ਧੜਾ ਨਾ ਬਣਾ ਕੇ ਬਹਿ ਜਾਓ, ਸਾਰੇ ਇੱਕ ਪਿਓ ਦੀ ਔਲਾਦ ਬਣ ਕੇ ਰਹੋ, ਪਿਆਰ ਕਰੋ ਇੱਕ ਦੂਸਰੇ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਤੁਹਾਡੇ ਤੇ ਮਿਹਰਾਂ ਦਾ ਮੀਂਹ ਪਾਵੇ, ਮੇਰੀ ਅਰਦਾਸ ਆ। ਭੁਲਾਣਾ ਚਿਤਾਰਿਓ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰੇ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਕਾਲ ਰਹਿਮਤ ਕਿਰਪਾ ਕੀਤੀ ਹੈ, ਆਪ ਸੋ ਸੰਗਤਾਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਬਹੁਤ ਹੀ ਪ੍ਰੇਮ ਸਾਹਿਤ ਸੰਗਤ ਦੇ ਵਿੱਚ ਵਿਰਾਜਮਾਨ ਹੋ ਕਰਕੇ ਸ਼ਬਦ ਵਿਚਾਰ ਗੁਰਮਤ ਵਿਚਾਰਾਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਖਾਲਸਾ ਅਨੰਦਪੁਰ ਸਾਹਿਬ ਵਾਲਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੀਆਂ ਨੇ। ਗੁਰੂ ਮਹਾਰਾਜ